ਬਚਪਨ ਦੇ ਵਿੱਚ ਜਿਵੇਂ ਮਾਤਾ ਪਿਤਾ ਛੱਡ ਕੇ ਚਲੇ ਗਏ ਹਨ ਮੈਂ 19 ਦਿਨ ਦਾ ਸੀ ਜਦੋਂ ਮੇਰੇ ਪਿਤਾ ਦੀ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਤਾਈ ਤਾਏ ਨੇ ਪਾਲਿਆ ਜੀ ਹਨਾ ਜਿਉਂ ਉਹਨਾਂ ਨੂੰ ਮੰਮੀ ਡੈਡੀ ਕਹਿੰਨੇ ਆ ਤੇ ਜੀਵਨ ਬਿਲਕੁਲ ਇੱਕ ਲੀਤ ਉਤਰਿਆ ਹੋਇਆ ਜੀਵਨ ਕਹਿ ਸਕਦੇ ਸੀ ਅਸੀਂ 2018 ਤੋਂ ਪਹਿਲਾਂ ਉਸ ਤੋਂ ਬਾਅਦ ਆਪਣੇ ਆਪ ਹੀ ਪਰਮਾਤਮਾ ਦੀ ਕਿਰਪਾ ਲਾ ਲੋ ਜਾਂ ਸਿਸਟਮ ਦੀਆਂ ਕਮੀਆਂ ਲਾ ਲੋ ਕਿ ਕੋਜਾ ਅਜਿਹੇ ਹਾਲਾਤ ਸਮਾਜ ਦੇ ਵਿੱਚ ਅਜਿਹੇ ਦੇਖੇ ਕੀ ਇਹ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਤਾਂ ਇਹ ਜਿਹੜੀ ਸੇਵਾ 24 2018 ਦੇ ਵਿੱਚ ਇੱਕ ਪੱਕੇ ਤੌਰ ਤੇ ਜਿਹੜੀ ਸੰਸਥਾ ਰਜਿਸਟਰ ਕਰਾ ਕੇ ਜਿਹੜੀ ਐਸੀਓ ਸ਼ੁਰੂ ਹੋ ਚੁੱਕੀ ਸੀ ਜਦੋਂ ਅਸੀਂ ਗਲਤੀਆਂ ਵੀ ਕਰਦੇ ਸੀ ਜਦੋਂ ਅਸੀਂ ਕਮੀਆਂ ਵੀ ਜਦੋਂ ਸਾਡੇ ਅੰਦਰ ਹੁੰਦੀਆਂ ਸੀ ਨਾ ਉਦੋਂ ਵੀ ਕਿਸੇ ਦੇ ਨਾਲ ਖੜਨਾ ਸ਼ਾਇਦ ਇੱਕ ਸ਼ੌਕ ਰਿਹਾ ਵਾ ਜਿਵੇਂ ਮੰਨ ਲਓ ਕਿ ਆਪਾਂ ਬਾਜ਼ਾਰ ਜਾਣਦੇ ਆ ਉੱਥੇ ਕਿਸੇ ਦਾ ੱਤਕਾ ਹੋਣ ਡਿਆ ਉੱਥੇ ਖੜ ਜਾਣਾ ਆਪਣਾ ਬਿਨਾ ਚੰਗਾ ਮੜਾ ਸੋਚਿਆਂ ਜੇ ਕੋਈ ਅੱਧੀ ਰਾਤ ਨੂੰ ਕੋਈ ਮਿਲਿਆ ਤਾਂ ਉਸ ਇਨਸਾਨ ਦੀ ਮਦਦ ਕਰਨੀ ਉਹਨੂੰ ਉਹਦੇ ਘਰ ਤੱਕ ਪਹੁੰਚਾ ਕੇ ਆਉਣਾ ਕੋਈ ਐਕਸੀਡੈਂਟ ਹੋਇਆ ਤਾਂ ਉਹ ਮਾੜੇ ਕਾਰਜਾਂ ਦੇ ਨਾਲ-ਨਾਲ ਥੋੜਾ-ਥੋੜਾ ਚੰਗਾ ਕਾਰਜ ਵੀ ਚੱਲਦਾ ਰਿਹਾ ਪਰ ਇੱਕ ਜਿਹੜੀ ਬਿਲਕੁਲ ਚੰਗੇ ਵਾਲੇ ਪਾਸੇ ਪਰਮਾਤਮਾ ਨੇ ਲਾਤਾ ਉਹ 2018 ਤੋਂ بڑے ਲੋਕ ਨੇ ਜਿਹੜੇ ਸਾਡੇ ਹੱਥਾਂ ਦੇ ਵਿੱਚ ਦਮ ਤੋੜ ਗਏ ਮੇਰੇ ਪਿਤਾ ਜੀ ਚਲੇ ਗਏ ਮੇਰੇ ਦਾਦਾ ਜੀ ਚਲੇ ਗਏ ਸਾਡੇ ਬਹੁਤ ਰਿਸ਼ਤੇਦਾਰ ਚਲੇ ਗਏ ਹਨ ਕਿਸੇ ਨੇ ਇੱਥੇ ਬੈਠੇ ਨਹੀਂ ਰਹਿਣਾ ਪਰ ਕੋਸ਼ਿਸ਼ ਇਹ ਹੀ ਆ ਕਿ ਜਿੰਨੀ ਦੇਰ ਸਾਹ ਹੈਗੇ ਆ ਉੰਨੀ ਦੇਰ ਅਸੀਂ ਇਹ ਸੇਵਾ ਜਿਹੜੀ ਆ ਉਹ ਨਿਭਉਂਦੇ ਰਹੀਏ ਜੀ ਮੰਨ ਲਓ ਕਿ ਇਹਨੇ 15 ਸਾਲ ਤੋਂ ਬੰਦਾ ਰੱਖਿਆ ਉਦੋਂ ਤਾਂ ਤੁਸੀਂ ਦੱਸਿਆ ਨਹੀਂ ਜੇ ਤੁਹਾਡੀ ਤੁੰਦੂ ਮੈਮੇ ਹੋ ਗਈ ਆ ਤੁਸੀਂ ਅਗਲੇ ਦਿਨ ਵੀਡੀਓ ਭੇਜ ਦਿੰਦੇ ਹੋ ਕਿਉਂਕਿ ਕਿਉਂ ਭੇਜਦੇ ਆ ਕਿਉਂਕਿ ਅਸੀਂ ਜਾਵਾਂਗੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਵਾਂਗੇ ਵੀਡੀਓ ਬਣੂਗੀ ਨੈਟ ਤੇ ਪਊਗੀ ਕਮੈਂਟਾਂ ਦੇ ਵਿੱਚ ਲੋਕ ਲਾਂਤਾਂ ਪਾਉਣਗੇ ਤੇ ਉਸਦੇ ਦੁਸ਼ਮਣ ਨੂੰ ਖੁਸ਼ੀ ਮਿਲੂਗੀ ਇੱਥੇ ਵੀ ਲੋਕੀ ਨਿੱਜੀ ਵੈਰ-ਵਿਰੋਧ ਤਾਂ ਜ਼ਿਆਦਾਤਰ ਕੱਢਦੇ ਨੇ ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜਿਹੜੇ ਬੰਦੇ ਦੀ ਸਾਨੂੰ ਵੀਡੀਓ ਆਈ ਉਹਦੀ ਪੂਰੀ ਪੈਰਵਾਈ ਕਰ ਲਈਏ ਪ੍ਰਸ਼ਾਸਨ ਨੂੰ ਨਾਲ ਖੜਦੇ ਤਾਂ ਜਰੂਰ ਐ ਤੇ ਪ੍ਰਸ਼ਾਸਨ ਵੀ ਸਾਡਾ ਪੂਰਾ ਵੱਡੇ ਪੱਧਰ ਤੇ ਸਾਥ ਨਹੀਂ ਦਿੰਦਾ ਥਾਣਿਆਂ ਚੌਕੀਆਂ 'ਚ ਬਹੁਤ ਚੰਦਗ ਮਲਾਦਮ ਸਾਨੂੰ ਐਸੇ ਮਿਲਦੇ ਨੇ ਜਿਹੜੇ ਕਹਿੰਦੇ ਨੇ ਭਾਈ ਚਲੋ ਸੇਵਾ ਦਾ ਕਾਰਜ ਐ ਅਸੀਂ ਨਾਲ ਚੱਲਦੇ ਆਂ ਨਹੀਂ ਤਾਂ ਸਾਨੂੰ ਟਾਲਿਆ ਜਾਂਦਾ ਦੋ-ਦੋ ਘੰਟੇ ਸਾਨੂੰ ਥਾਣਾ ਜੀ ਬਾਹਲਾਇਆ ਜਾਂਦਾ ਚੱਲਦੇ ਆਂ ਆ ਰਹੇ ਆ ਮਲਾਦਮ ਨਹੀਂ ਹੈਗੇ ਐਵੇਂ ਆ ਜਿਵੇਂ ਆ ਜਾਂ ਅਸੀਂ ਕੀ ਕਰਾਂਗੇ ਤੁਸੀਂ ਆਪ ਚਲੇ ਜਾਓ ਜਾਂ ਉੱਤੋਂ ਆਰਡਰ ਨਹੀਂ ਹੈਗਾ ਹਨਾ ਡੀਸੀ ਸਾਹਿਬ ਦਾ ਆਰਡਰ ਲੈ ਕੇ ਆਓ ਐਸਡੀਐਮ ਸਾਹਿਬ ਦਾ ਲੈ ਕੇ ਆਓ ਤੇ ਜੇ ਅਸੀਂ ਇਹ ਸਾਰੇ ਆਰਡਰ ਲੈਣ ਚੱਲ ਜੀਏ ਫਿਰ ਤਾਂ ਉਹ ਬੰਦਾ ਗਾਂਭਪਸ਼ਾ ਹੋ ਜੂ ਦੋ ਦਿਨ ਪਰਸੈਂਟ ਲੋਕ ਆਉਂਦੇ ਨੇ ਜਿਹੜੇ ਸਾਨੂੰ ਕਹਿੰਦੇ ਨੇ ਯਾਰ ਤੁਸੀਂ ਪ੍ਰਵਾਸੀਆਂ ਨਾਲ ਖੜਦੇ ਹੋ ਤੇ ਪੰਜਾਬ ਨਾਲ ਧੱਕਾ ਕਰ ਰਹੇ ਹੋ ਉਹਨਾਂ ਨੂੰ ਸਾਡਾ ਇਹ ਜਵਾਬ ਹੈ ਕਿ ਅਸੀਂ ਪੰਜਾਬ ਦੇ ਹਿੱਤ ਲਈ ਲੱਗੇ ਆਂ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਆਂ ਜਿਹੜੀ ਕੁਝ ਕੁ ਲੋਕਾਂ ਵੱਲੋਂ ਇੱਕ ਮਾੜਾ ਕੰਮ ਕੀਤਾ ਜਾ ਰਿਹਾ ਸੀ ਉਹਨੂੰ ਮਿਟਾਉਣਾ ਚਾਹੁੰਦੇ ਆਂ ਕਿਉਂਕਿ ਸਾਡਾ ਇਤਿਹਾਸ ਬਹੁਤ ਵੱਡਾ ਖਾਸ ਕਰਕੇ ਮਾਝੇ ਦਾ ਇਤਿਹਾਸ ਤਾਂ ਸਾਰਿਆਂ ਨੂੰ ਪਤਾ ਹੀ ਆ ਜਿਹੜੀ ਤੁਸੀਂ ਸੰਸਥਾ ਚਲਾ ਰਹੇ ਇਹਦੇ ਵਿੱਚ ਸਰਕਾਰ ਵੱਲੋਂ ਵੀ ਕਿਹੋ ਜਿਹਾ ਸਹਿਯੋਗ ਹੈ ਕਿ ਜਾਂ ਜਿਹੜੇ ਤੁਹਾਡੇ ਦਾਨੀ ਸੱਜਣ ਨੇ ਉਹੀ ਮਤ ਕਰਦੇ ਇਸ ਕਾਰਜ ਦੇ ਵਿੱਚ ਸਰਕਾਰ ਵੱਲੋਂ ਕੁਝ ਨਹੀਂ ਕਿਉਂਕਿ ਸਰਕਾਰ ਨੇ ਕਰਨਾ ਵੀ ਕੀ ਆ ਆਪਾਂ ਇੱਕ ਬਦਲਾਅ ਲਿਆਂਦਾ ਸੀ ਉਹ ਵੀ ਨਾਂ ਦਾ ਹੀ ਰਹਿ ਗਿਆ ਦਵਾਈ ਤੇ ਪੜ੍ਹਾਈ ਦੇ ਨਾਂ ਤੇ ਸਰਕਾਰ ਬਣਦੀ ਆ ਇਹ ਦੋਵੇਂ ਚੀਜ਼ਾਂ ਸਾਨੂੰ ਅੱਜ ਵੀ ਨਹੀਂ ਮਿਲ ਰਹੀਆਂ 4 ਦਿਨ ਪਹਿਲਾਂ ਅਸੀਂ ਇੱਕ ਸਰਕਾਰੀ ਹਸਪੀਟਲ 'ਚ ਮਰੀਜ਼ ਲੈ ਕੇ ਗਏ ਆ ਜਿੱਥੇ ਸਾਨੂੰ 4 ਪੱਟੀਆਂ ਵੀ ਮੁੱਲ ਲਿਉਣੀਆਂ ਪਈਆਂ 4 ਇੰਚੀ 4 ਪੱਟੀਆਂ ਅਸੀਂ ਮੁੱਲ ਲੈ ਕੇ ਆਏ ਆ ਗਲਬਜ਼ ਵੀ ਨਹੀਂ ਸੀ ਹੈਗੇ ਡਾਕਟਰਾਂ ਕੋ ਸਰਕਾਰ ਇਹਨਾਂ ਲੋਕਾਂ ਨੂੰ ਕੀ ਦਊਗੀ ਇਹਨਾਂ ਇਹਨਾਂ ਲੋਕਾਂ ਲਈ ਕੁਝ ਨਹੀਂ ਹੈਗਾ ਸਰਕਾਰਾਂ ਦੇ ਮੈਨੀਫੈਸਟੋ ਜਾਰੀ ਹੁੰਦੇ ਆ ਕਿਸੇ ਵੀ ਸਰਕਾਰ ਦੇ ਹੁੰਦੇ ਆ ਉਹਨਾਂ 'ਚ ਇਹਨਾਂ ਦਾ ਜ਼ਿਕਰ ਨਹੀਂ ਹੁੰਦਾ ਕਿ ਜਿਹੜੇ ਲੋਕ ਰੋਡ ਸਾਈਡ ਲਵਾਰਸ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਬਾਈ ਜੀ ਸੋ ਇਹ ਦਾਨੀ ਸੱਜਣਾ ਨਾਲ ਚੱਲਦਾ ਅਸੀਂ ਚੋਣੇ ਵੀ ਆ ਕਿ ਸਾਡੀ ਮਦਦ ਸਿਰਫ ਦਾਨੀ ਸੱਜਣ ਕਰਨ ਅਸੀਂ ਸਰਕਾਰ ਦੇ ਅਧੀਨ ਹੋਈਏ ਹੀ ਨਾ ਸੋ ਸ਼ਿਗਲ ਪੰਜਾਬ ਨਿਊਜ਼ ਦੇਖ ਰਹੇ ਦਰਸ਼ਕਾ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਹੈਪੀ ਵੱਲਾਜੀ ਕੋਲ ਜਿਨ੍ਹਾਂ ਨੂੰ ਤੁਸੀਂ ਅਕਸਰ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋ ਰੇ ਇਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਬਹੁਤ ਵੱਡੀ ਸੇਵਾ ਨਿਭਾਈ ਜਾ ਰਹੀ ਹੈ ਔਰ ਅੱਜ ਅਸੀਂ ਇਹਨਾਂ ਦੇ ਆਸ਼ਰਮ ਦੇ ਵਿੱਚ ਪਹੁੰਚੇ ਹਾਂ ਔਰ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਰਹੇ ਹੋ ਜਿਸ ਦੇ ਵਿੱਚ ਕਰੀਬ 35 ਲੋਕ ਨੇ ਜਿਨ੍ਹਾਂ ਦੀ ਇਹ ਸੇਵਾ ਪਿਛਲੇ ਲੰਬੇ ਸਮੇਂ ਤੋਂ ਇਸ ਆਸ਼ਰਮ ਦੇ ਵਿੱਚ ਨਿਭਾਉਂਦੇ ਆ ਰਹੇ ਹਨ ਸੋ ਸਾਡੇ ਨਾਲ ਹੈਪੀ ਜੀ ਮੌਜੂਦ ਹੈ ਗੱਲਬਾਤ ਕਰਦੇ ਹਾਂ ਜੀ ਸਵਾਗਤ ਹੈ ਜੀ ਪੰਜਾਬ ਨਿਊਜ਼ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਾਣਦੇ ਨੇ ਔਰ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤੁਸੀਂ ਪੋਸਟਾ ਵੀ ਪਾਉਂਦੇ ਹੋ ਲੋਕ ਬੜੀ ਸ਼ੇਅਰ ਵੀ ਕਰਦੇ ਨੇ ਕਮੈਂਟ ਵੀ ਕਰਦੇ ਆ ਕਿ ਤੁਸੀਂ ਬੜਾ ਵਧੀਆ ਕੰਮ ਕਰ ਰਹੇ ਹੋ ਮੈਂ ਇਹ ਜਾਨਣਾ ਚਾਹੁੰਦਾ ਸ਼ੁਰੂਆਤ ਦੇ ਵਿੱਚ ਕਿ ਇਸ ਕੰਮ ਦੀ ਸ਼ੁਰੂਆਤ ਕਦੋਂ ਕਰਦੇ ਹੋ ਤੁਹਾਡੇ ਜ਼ਹਿਨ ਦੇ ਵਿੱਚ ਕਦੋਂ ਆਉਂਦਾ ਹੈ ਕਦੋਂ ਆਉਂਦਾ ਹੈ ਤੇ ਜਾਂ ਤੁਹਾਨੂੰ ਕਿਸੇ ਵੇਲੇ ਪ੍ਰੇਰਿਤ ਕੀਤਾ ਗਿਆ ਕਿ ਇਸ ਕੰਮ ਇਹ ਕੰਮ ਤੁਹਾਨੂੰ ਕਰਨਾ ਚਾਹੀਦਾ ਹੈ ਅ ਪ੍ਰੇਰਿਤਤਾ ਦੇਖੋ ਜੀ 2018 ਤੋਂ ਪਹਿਲਾਂ ਅਸੀਂ ਵੀ ਆਪਦੀ ਜ਼ਿੰਦਗੀ ਦੇ ਵਿੱਚ ਵਿਅਸਤ ਸੀ ਬਹੁਤ ਸਾਰੀਆਂ ਕਮੀਆਂ ਬਹੁਤ ਸਾਰੀਆਂ ਗਲਤੀਆਂ ਮਤਲਬ ਅ ਸ਼ਾਇਦ 2018 ਤੋਂ ਪਹਿਲਾਂ ਅਸੀਂ ਵੀ ਅਜਿਹੇ ਲੋਕਾਂ ਨੂੰ ਦੇਖ ਕੇ ਅੱਖਾਂ ਪਰੇ ਕਰ ਲੈਂਦੇ ਸੀ ਹਨਾ ਮੈਂ ਇਹ ਨਹੀਂ ਕਵਾਂਗਾ ਕਿ ਯਾਰ ਬਚਪਨ ਦਾ ਸੁਪਨਾ ਸੀ ਉਹ ਸੀ ਜਹੀ ਨਾ ਇਦਾਂ ਦੀ ਕੋਈ ਗੱਲ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਵਿਅਸਤ ਸੀ ਕਿਉਂਕਿ ਬਚਪਨ ਦੇ ਵਿੱਚ ਜਿਵੇਂ ਮਾਤਾ ਪਿਤਾ ਛੱਡ ਕੇ ਚਲੇ ਗਏ ਹਨਾ ਮੈਂ 19 ਦਿਨ ਦਾ ਸੀ ਜਦੋਂ ਮੇਰੇ ਪਿਤਾ ਦੀ ਡੈਥ ਹੋ ਜਾਂਦੀ ਆ ਉਸ ਤੋਂ ਬਾਅਦ ਤਾਈ ਤਾਏ ਨੇ ਪਾਲਿਆ ਜੀ ਹਨਾ ਜਿਉਂ ਉਹਨਾਂ ਨੂੰ ਮੰਮੀ ਡਾਡੀ ਕਹਿੰਨੇ ਆ ਤੇ ਜੀਵਨ ਬਿਲਕੁਲ ਇੱਕ ਲੀਹ ਤੋਂ ਉੱਤਰਿਆ ਹੋਇਆ ਜੀਵਨ ਕਹਿ ਸਕਦੇ ਸੀ ਅਸੀਂ 2018 ਤੋਂ ਪਹਿਲਾਂ ਉਸ ਤੋਂ ਬਾਅਦ ਆਪਣੇ ਆਪ ਹੀ ਪਰਮਾਤਮਾ ਦੀ ਕਿਰਪਾ ਲਾ ਲਓ ਜਾਂ ਸਿਸਟਮ ਦੀਆਂ ਕਮੀਆਂ ਲਾ ਲਓ ਕਿ ਕੁਝ ਅਜਿਹੇ ਹਾਲਾਤ ਸਮਾਜ ਦੇ ਵਿੱਚ ਅਜਿਹੇ ਦੇਖੇ ਕਿ ਇਹ ਜ਼ਿੰਦਗੀ ਦੇ ਵਿੱਚ ਇੱਕ ਨਵਾਂ ਮੋੜ ਆਇਆ ਤਾਂ ਇਹ ਜਿਹੜੀ ਸੇਵਾ 24 2018 ਦੇ ਵਿੱਚ ਇੱਕ ਪੱਕੇ ਤੌਰ ਤੇ ਜਿਹੜੀ ਸੰਸਥਾ ਰਜਿਸਟਰਡ ਕਰਾ ਕੇ ਜਿਹੜੀ ਐਸਆਈਓ ਸ਼ੁਰੂ ਹੋ ਚੁੱਕੀ ਸੀ 2018 ਦੇ ਵਿੱਚ ਉਸ ਤੋਂ ਪਹਿਲਾਂ ਕੁਝ ਮਰੀਜ਼ਾਂ ਨੂੰ ਅਜਿਹੇ ਮਿਲੇ ਜਿਹੜੇ ਅਸੀਂ ਪਿੰਗਲਵਾੜਾ ਸਾਹਿਬ ਛੱਡੇ ਤੇ ਬਾਕੀ ਪ੍ਰੇਰਿਤ ਜਿਹੜੇ ਆ ਜੀ ਉਹ ਜਿਵੇਂ ਭਗਤ ਪੂਰਨ ਸਿੰਘ ਜੀ ਦਾ ਜੀਵਨ ਪੜਿਆ ਜਾਂ ਮੈਂ ਕਦੇ ਸੱਚ ਬੋਲਣ ਲੱਗਾ ਘਰੇਜ ਨਹੀਂ ਕੀਤਾ ਹਨਾ ਕਈ ਲੋਕ ਸੋਚਦੇ ਨੇ ਯਾਰ ਫਲਾਣੇ ਬੰਦੇ ਦਾ ਨਾਮ ਕਿਉਂ ਲੈਣਾ ਹਨਾ ਬਾਈ ਗੁਰਪ੍ਰੀਤ ਲੁਧਿਆਣੇ ਵਾਲੇ ਸੋ ਉਹਨਾਂ ਨੂੰ ਦੇਖਿਆ 16 ਦੇ ਵਿੱਚ ਉਹਨਾਂ ਦੀ ਸੇਵਾ ਸ਼ੁਰੂ ਹੁੰਦੀ ਆ 17 ਦੇ ਵਿੱਚ ਅਸੀਂ ਉਹਨਾਂ ਦੀਆਂ ਕੋਈ ਚੀਜ਼ਾਂ ਦੇਖੀਆਂ ਲੱਗੀਆਂ ਤੇ ਇੱਕ ਦਿਨ ਕਿਤੇ ਜ਼ਿੰਦਗੀ ਦੇ ਵਿੱਚ ਮੋੜ ਆਇਆ ਤਾਂ ਉਸ ਤੋਂ ਬਾਅਦ ਇਹ ਸੇਵਾ ਗੁਰੂ ਸਾਹਿਬ ਨੇ ਸਾਡੇ ਕਲਯੁਗੀਆਂ ਤੋਂ ਲੈਣੀ ਸ਼ੁਰੂ ਕਰਤੀ ਤਾਂ ਤਨ ਮਨ ਦੇ ਹੀ ਨਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਆ ਕਮੀਆਂ ਬਹੁਤ ਨੇ ਸਾਡੇ ਅੰਦਰ ਤੇ ਰਹਿਣ ਗਿਆ ਵੀ ਕਿਉਂਕਿ ਜੇ ਕਮੀਆਂ ਮੁੱਕ ਗਈਆਂ ਤਾਂ ਇਨਸਾਨ ਤਾਂ ਸੰਪੂਰਨ ਹੋ ਗਿਆ ਤੇ ਕੋਈ ਵੀ ਇਨਸਾਨ ਕਦੇ ਸੰਪੂਰਨ ਨਹੀਂ ਹੁੰਦਾ ਕਮੀਆਂ ਗਲਤੀਆਂ ਇਹ ਰਹਿੰਦੀਆਂ ਰਹਿੰਦੀਆਂ ਨੇ ਜੀ ਤੇ ਹੈਪੀ ਜੀ ਜਿਸ ਤਰ੍ਹਾਂ ਜਦੋਂ ਤੁਸੀਂ ਪਹਿਲੀ ਵਾਰੀ ਇਹਦੀ ਸ਼ੁਰੂਆਤ ਕਰਦੇ ਹੋ ਪਹਿਲੀ ਵਾਰੀ ਕਿਹੜਾ ਮਰੀਜ਼ ਮਿਲਿਆ ਕਿਹੜੇ ਹਾਲਾਤਾਂ ਦੇ ਵਿੱਚ ਮਿਲਿਆ ਔਰ ਜਿਸ ਤਰ੍ਹਾਂ ਤੁਸੀਂ ਕਿ ਪ੍ਰੋਫੈਸ਼ਨਲ ਨਹੀਂ ਸੀ ਹੈਗੇ ਤਾਂ ਪਹਿਲੀ ਵਾਰੀ ਕਿੰਨੀ ਕੋ ਮੁਸ਼ਕਲ ਆਈ ਉਸ ਨੂੰ ਹੈਂਡਲ ਕਰਨ ਦੇ ਵਿੱਚ ਆ ਮੁਸ਼ਕਲ ਤਾਂ ਦੇਖੋ ਜੀ ਸ਼ੁਰੂ ਤੋਂ ਹੀ ਜਿਵੇਂ ਕਹਿ ਦਿੰਨੇ ਨਾ ਕਿ ਇੱਕ ਬੇਖੌਫ ਜੇ ਰਹੇ ਆ ਹਨਾ ਕੋਈ ਵੀ ਕੰਮ ਜੇ ਮਾੜੇ ਕੰਮ ਵੀ ਕਰਦੇ ਰਹੇ ਆ ਉਹ ਵੀ ਬੇਖੌਫ ਹੋ ਕੇ ਕਰਦੇ ਰਹੇ ਹਨਾ ਕੋਈ ਇਹ ਨਹੀਂ ਪੀ ਯਾਰ ਕਿਵੇਂ ਆ ਜੇ ਚੰਗੇ ਕੰਮ ਦੀ ਸ਼ੁਰੂਆਤ ਹੋਈ ਆ ਉਹ ਵੀ ਬੇਖੌਫ ਹੋ ਕੇ ਹੋਈ ਆ ਕਮੀਆਂ ਹੁੰਦੀਆਂ ਜ਼ਰੂਰ ਨੇ ਪਰ ਕਮੀਆਂ ਮਹਿਸੂਸ ਨਹੀਂ ਹੋਈਆਂ ਸ਼ਾਇਦ ਮੈਨੂੰ ਨਹੀਂ ਹੋਈਆਂ ਕੁਝ ਮਰੀਜ਼ਾਂ ਦਾ ਨਾਂ ਮਰੀਜ਼ ਦਾ ਨਾਂ ਸੀ ਸ਼ਾਇਦ 70 80 ਸਾਲ ਬਜ਼ੁਰਗਾਂ ਦੀ ਏਜ ਹੋਣੀ ਆ ਉਹਨਾਂ ਦਾ ਨਾਂ ਸ਼ਾਇਦ ਦਰਸ਼ਨ ਸੀ ਸ਼ਾਇਦ ਮੈਨੂੰ ਲੱਗਦਾ ਸ਼ਾਇਦ ਪੁਰਾਣੇ ਰਿਕਾਰਡ 'ਚ ਪਿਆ ਹੋਵੇ ਉਹ ਸਾਨੂੰ ਇੱਕ ਗੁਰੂ ਘਰੇ ਅੱਗੇ ਮਿਲੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਚੁਬਾ ਇੱਧਰ ਜਿਹੜਾ ਹੈਗਾ ਆ ਜੇ ਕਥੂ ਨੰਗਲ ਵਾਲੀ ਸਾਈਡ ਉੱਥੇ ਸਾਨੂੰ ਬਿਲਕੁਲ ਗੁਰਦਰ ਦੇ ਬੂਵੇ ਗੜੀ ਮਿਲੇ ਜਿਨ੍ਹਾਂ ਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੰਨੇ ਕ ਜਿਆਦਾ ਕੀੜੇ ਪਏ ਸੀ ਤੇ ਉਹ ਚੀਜ਼ ਨੇ ਝੰਡੋੜ ਕੇ ਰੱਖ ਦਿੱਤਾ ਸੀ ਉਸ ਤੋਂ ਬਾਅਦ ਇੱਕ ਬਜ਼ੁਰਗ ਹੋਰ ਮਿਲੇ ਉਹਨਾਂ ਦੀ ਹਾਲਤ ਵੀ ਬਹੁਤ ਗੰਭੀਰ ਸੀ ਉਹ ਸਾਡਾ ਉਹਨਾਂ ਬਜ਼ੁਰਗਾਂ ਦੀ ਜਿਹੜੀ ਸੇਵਾ ਪਰਮਾਤਮਾ ਨੇ ਲਈ ਉਹ ਸੰਸਥਾ ਸ਼ੁਰੂ ਹੋਣ ਤੋਂ ਪਹਿਲਾਂ ਲਈ ਕਿਉਂਕਿ ਜਦੋਂ ਅਸੀਂ ਗਲਤੀਆਂ ਵੀ ਕਰਦੇ ਸੀ ਜਦੋਂ ਅਸੀਂ ਕਮੀਆਂ ਵੀ ਜਦੋਂ ਸਾਡੇ ਅੰਦਰ ਹੁੰਦੀਆਂ ਸੀ ਨਾ ਉਦੋਂ ਵੀ ਕਿਸੇ ਦੇ ਨਾਲ ਖੜਨਾ ਸ਼ਾਇਦ ਇੱਕ ਸ਼ੌਂਕ ਰਿਹਾ ਵਾ ਜਿਵੇਂ ਮੰਨ ਲਓ ਕਿ ਆਪਾਂ ਬਾਜ਼ਾਰ ਜਾਣਦੇ ਆ ਉੱਥੇ ਕਿਸੇ ਦਾ ਧੱਕਾ ਹੋਣ ਡਿਆ ਉੱਥੇ ਖੜ ਜਾਣਾ ਆਪਣਾ ਬਿਨਾ ਚੰਗਾ ਮੜਾ ਸੋਚਿਆਂ ਜੇ ਕੋਈ ਅੱਧੀ ਰਾਤ ਨੂੰ ਕੋਈ ਮਿਲਿਆ ਤੇ ਉਸ ਇਨਸਾਨ ਦੀ ਮਦਦ ਕਰਨੀ ਉਹਨੂੰ ਉਹਦੇ ਘਰ ਤੱਕ ਪਹੁੰਚਾ ਕੇ ਆਉਣਾ ਕੋਈ ਐਕਸੀਡੈਂਟ ਹੋਇਆ ਤਾਂ ਉਹ ਮਾੜੇ ਕਾਰਜਾਂ ਦੇ ਨਾਲ ਨਾਲ ਥੋੜਾ ਥੋੜਾ ਚੰਗਾ ਕਾਰਜ ਵੀ ਚੱਲਦਾ ਰਿਹਾ ਪਰ ਇੱਕ ਜਿਹੜੀ ਬਿਲਕੁਲ ਚੰਗੇ ਵਾਲੇ ਪਾਸੇ ਪਰਮਾਤਮਾ ਨੇ ਲਾਤਾ ਉਹ 2018 ਤੋਂ ਲੱਗਾ ਪਹਿਲਾਂ ਦੀਆਂ ਕਮੀਆਂ ਮੇਰੀ ਜ਼ਿੰਦਗੀ ਚ ਬਹੁਤ ਹੋਣ ਗਈਆਂ ਸੰਗਤ ਹਮੇਸ਼ਾ ਸਾਨੂੰ ਰੋਜ਼ ਦੇਖਦੀ ਆ ਹੋ ਸਕਦਾ ਜਿਨ੍ਹਾਂ ਦੇ ਘਰਾਂ ਚ ਅਸੀਂ ਜਾਣੇ ਆ ਜਾਂ ਜਿਨ੍ਹਾਂ ਦੇ ਮੱਝਾਂ ਦੇ ਬਾੜਿਆਂ ਚ ਬੰਦੇ ਛੜਾ ਕੇ ਲਿਉਂਨੇ ਆ ਉਹ ਲੋਕ ਸਾਨੂੰ ਚੰਗਾ ਤੇ ਨਹੀਂ ਨਾ ਕਹਿਣਗੇ ਕਿਉਂਕਿ ਉਹਨਾਂ ਦਾ ਕੰਮ ਬੰਦ ਹੋ ਜਾਂਦਾ ਤੇ 2-3% ਲੋਕ ਹੁੰਦੇ ਨੇ ਉਹਨਾਂ ਵੀਡੀਓ ਦੇ ਵਿੱਚ ਵੀ ਜਿਹੜੇ ਸਾਨੂੰ ਮਤਾਂ ਦਿੰਦੇ ਨੇ ਹਨਾ ਕੋਈ ਕੋਈ ਵੀ ਲੋਕ ਸਾਡੇ ਵਿਰੋਧ ਦੇ ਵਿੱਚ ਆ ਸਕਦਾ ਹਣਾ ਤਾਂ ਅਸੀਂ ਅੱਜ ਹੀ ਸਪਸ਼ਟ ਕਰਦੇ ਨੇ ਕਿ 2018 ਤੋਂ ਪਹਿਲਾਂ ਸਾਡੀਆਂ ਬਹੁਤ ਕਮੀਆਂ ਨੇ ਜਿਹੜੇ 18 ਤੋਂ ਬਾਅਦ ਦੀ ਗੱਲ ਸਾਡੇ ਨਾਲ ਕੋਈ ਕਰੇ ਤਾਂ ਉਹ ਜੱਚਦੀ ਐ ਬਾਕੀ ਜਿਹੜਾ ਇਹ ਘਰਾਂ 'ਚ ਛਡਾਉਣ ਦਾ ਕੰਮ ਐ ਹਨਾ 2% ਲੋਕ ਆ ਜਾਂਦੇ ਨੇ ਕਿ ਤੁਸੀਂ ਪ੍ਰਵਾਸੀਆਂ ਨਾ ਖੜਦੇਓ ਅਸੀਂ ਕਿਸੇ ਜਾਤ ਕਿਸੇ ਧਰਮ ਨਾਲ ਨਹੀਂ ਖੜਦੇ ਅਸੀਂ ਇਨਸਾਨ ਨਾਲ ਖੜਦੇ ਆ ਕਿਉਂਕਿ ਸਾਡਾ ਧਰਮ ਸਾਨੂੰ ਸਿਖਾਉਂਦਾ ਸਾਡੇ ਗੁਰੂ ਘਰਾਂ 'ਚ ਚਲਜੋ ਤੁਹਾਨੂੰ ਇੱਕ ਪੰਗਤ ਸੰਗਤ ਮਿਲੂਗੀ ਚਾਰ ਦਰਵਾਜੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਇਹ ਤਾਂ ਸਾਡੇ ਧਰਮ 'ਚ ਸਾਡੇ ਖੂਨ 'ਚ ਐ ਨਾ ਕਿਉਂਕਿ ਅਸੀਂ ਖੜਦੇ ਹੀ ਦੂਜਿਆਂ ਲਈ ਆ ਜੋ ਸਾਨੂੰ ਸਾਡਾ ਧਰਮ ਸਿਖਾਉਂਦਾ ਭਾਵੇਂ ਤੁਸੀਂ ਦੇਖੋ ਕੋਈ ਸਿੰਘ ਚਲੋ ਅਸੀਂ ਸਾਬਤ ਸੂਰਤ ਤਾਂ ਨਹੀਂ ਹੈਗੇ ਪਰ ਸਿੱਖ ਧਰਮ ਦੇ ਵਿੱਚ ਜੇ ਅਸੀਂ ਸੋਚੀਏ ਭਾਵੇਂ ਇਨਸਾਨ ਮਾੜੇ ਤੋਂ ਮਾੜਾ ਵੀ ਹੋਵੇ ਨਾ ਤਾਂ ਵੀ ਉਹ ਕਿਸੇ ਦੇ ਹੱਕ ਲਈ ਜ਼ਰੂਰ ਖੜਦਾ ਜੀ ਇਹ ਸੱਚਾਈ ਹੈ ਸੋ ਪਿਛਲੀਆਂ ਕਮੀਆਂ ਬਹੁਤ ਨੇ ਤੇ ਜਦੋਂ ਤੋਂ ਇਹ ਸੇਵਾ ਸ਼ੁਰੂ ਹੋਈ ਆ ਉਦੋਂ ਤੋਂ ਆਪਦੀਆਂ ਕਮੀਆਂ ਨੂੰ ਦੂਰ ਕਰਨ ਤੇ ਲੱਗੇ ਹੋਏ ਆ ਜਿਹੜੀਆਂ ਰਹਿ ਗਈਆਂ ਨੇ ਉਹ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਸਾਡੀਆਂ ਉਹਨਾਂ ਕਮੀਆਂ ਨੂੰ ਦੂਰ ਕਰੀ ਤੇ ਸਾਡੇ ਕਲਯੁਗੀਆਂ ਤੋਂ ਪਰ ਵਾਹਿਗੁਰੂ ਸੇਵਾ ਜਰੂਰ ਲੈਂਦਾ ਰਹੀ ਧੰਨਵਾਦ ਦੇ ਹੀ ਜੀ ਅਜੀਤ ਜਗ੍ਹਾ ਤੇ ਤੁਸੀਂ ਇਸ Ashram ਨੂੰ ਬਣਾਇਆ ਹੋਇਆ ਹੈ ਤਾਂ ਇਹ ਬਿਲਡਿੰਗ ਜਿਹੜੀ ਹੈਗੀ ਇਹ ਤੁਹਾਡੀ ਆਪਣੀ ਹੈ ਕਿਰਾਏ ਤੇ ਲਈ ਹੋਈ ਹੈ ਨਹੀਂ ਇਹ ਵੀ ਜੀ ਬਿਲਡਿੰਗ ਅਸੀਂ ਫਿਲਹਾਲ ਤਾਂ ਕਿਰਾਏ ਤੇ ਲਈ ਹੋਈ ਆ ਪਰ ਸਾਡਾ ਇੱਕ ਸੁਪਨਾ ਲਾ ਲੋ ਹੁਣ ਪਹਿਲਾਂ ਤੇ ਨਹੀਂ ਹੋਊਗਾ ਪਰ ਹੁਣ ਸਾਡਾ ਸੁਪਨਾ ਕਿ ਅਸੀਂ ਇੱਕ ਪੱਕੀ ਜਗ੍ਹਾ ਲੈ ਕੇ ਇੱਕ ਪੱਕਾ ਘਰ ਬਣਾਈਏ ਤੇਰਾ ਆਸਰਾ ਖਾਬਾਂ ਦੀ ਨਗਰੀ ਕਹਿੰਦੇ ਆ ਕਿਉਂਕਿ ਇੱਥੇ ਸਾਡੇ ਬਹੁਤ ਸਾਰੇ ਖਾਬ ਪੂਰੇ ਹੋ ਰਹੇ ਨੇ ਅਸੀਂ ਇਸ ਖਾਬਾਂ ਦੀ ਨਗਰੀ ਨੂੰ ਵੱਡੀ ਵੀ ਬਣਾਉਣਾ ਚਾਹੁੰਦੇ ਆ ਤਾਂ ਸੰਗਤ ਨੂੰ ਵੀ ਬੇਨਤੀ ਕਰਦੇ ਆ ਜਿਹੜੀ ਸੰਗਤ ਸਾਡੇ ਨਾਲ ਜੁੜਦੀ ਜਾ ਰਹੀ ਆ ਤਾਂ ਕਿ ਸੰਗਤ ਸਾਡੀ ਜਗ੍ਹਾ ਦੇ ਵਿੱਚ ਜਰੂਰ ਮਦਦ ਕਰੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਸਾਲ ਖੰਡ ਦੇ ਵਿੱਚ ਜਿਹੜੀ ਆਪਣੀ ਜਗ੍ਹਾ ਬਣਾ ਲਈਏ ਕਿਉਂਕਿ ਕਈ ਵਾਰੀ ਸੰਗਤ ਨੂੰ ਵੀ ਵਿਸ਼ਵਾਸ ਕਰਨ ਦਾ ਔਖਾ ਹੋ ਜਾਂਦਾ ਸੰਗਤ ਨੂੰ ਵੀ ਲੱਗਦਾ ਹੋਊਗਾ ਕਿ ਯਾਰ ਇਹ ਕਿਰਾਏ ਤੇ ਨੇ ਜਾਂ ਕਿਵੇਂ ਆ ਹਨਾ ਕੀ ਪਤਾ ਇਹ ਕੀ ਕਰਦੇ ਕੀ ਨਹੀਂ ਕਰਦੇ ਪਰ ਹਰ ਇੱਕ ਚੀਜ਼ ਦੀ ਪਾਰਦਰਸ਼ਤਾ ਆ ਤੁਹਾਡੀ ਸੇਵਾ ਤੁਹਾਡਾ ਦਸਬੰਧ ਵਿਰਥਾ ਨਹੀਂ ਜਾਊਗਾ ਜੇ ਕਿਰਪਾ ਪਰਮਾਤਮਾ ਦੀ ਬਣੀ ਰਵੇ ਹਨਾ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਉਹ ਤਾਂ ਵਾਹਿਗੁਰੂ ਜਾਣਦਾ ਸਮਾ ਆਪਣੀ ਗੋਦ ਦੇ ਵਿੱਚ ਕੀ ਲਈ ਬੈਠਾ ਇਹ ਕੋਈ ਨਹੀਂ ਜਾਣਦਾ ਸੋ ਉਹ ਉਹ ਤਾਂ ਗੁਰੂ ਦੇ ਹੱਥ ਹੈ ਪਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਇੱਕ ਆਪਣਾ ਘਰ ਇੱਕ ਬਣਾ ਕੇ ਇੱਕ ਵਧੀਆ ਤਾਂ ਕਿ ਜਿਹੜਾ ਸਾਡਾ ਜੀਵਨ ਹੈ ਉਹ ਅਸੀਂ ਇਹਨਾਂ ਲੋਕਾਂ ਲਈ ला ਸਕੀਏ ਕਿਉਂਕਿ ਬੜੇ ਲੋਕ ਨੇ ਜਿਹੜੇ ਸਾਡੇ ਹੱਥਾਂ ਦੇ ਵਿੱਚ ਦਮ ਤੋੜ ਗਏ ਮੇਰੇ ਪਿਤਾ ਜੀ ਚਲੇ ਗਏ ਮੇਰੇ ਦਾਦਾ ਜੀ ਚਲੇ ਗਏ ਸਾਡੇ ਬਹੁਤ ਰਿਸ਼ਤੇਦਾਰ ਚਲੇ ਗਏ ਹਨ ਕਿਸੇ ਨੇ ਇੱਥੇ ਬੈਠੇ ਨਹੀਂ ਰਹਿਣਾ ਪਰ ਕੋਸ਼ਿਸ਼ ਇਹ ਹੀ ਆ ਕਿ ਜਿੰਨੀ ਦੇਰ ਸਾਹ ਹੈਗੇ ਆ ਓਨੀ ਦੇਰ ਅਸੀਂ ਇਹ ਸੇਵਾ ਜਿਹੜੀ ਆ ਉਹ ਨਿਭਉਂਦੇ ਰਹੀਏ ਜੀ ਤਾਂ ਹੈਪੀ ਜੀ ਜਿਹੜੀ ਸ਼ੁਰੂਆਤ ਕਰਦੇ ਹੈਗੀ ਉਹਦਾ ਪਰਿਵਾਰ ਵੱਲੋਂ ਕਿਸ ਤਰ੍ਹਾਂ ਰਿਸਪੌਂਸ ਆ ਤੁਹਾਡੇ ਅ ਪਰਿਵਾਰ ਵੱਲੋਂ ਤਾਂ ਵੇਖੋ ਜੀ ਪੂਰਾ ਯੋਗਦਾਨ ਹੈ ਮੇਰੇ ਵੱਡੇ ਬ੍ਰਦਰ ਨੇ ਉਹ ਮੈਨੂੰ ਕਈ ਚੀਜ਼ਾਂ ਤੋਂ ਡੱਕਦੇ ਵੀ ਜਰੂਰ ਨੇ ਹਨਾ ਕਈ ਵਾਰੀ ਕਿਉਂਕਿ ਸਾਡੇ ਲੋਕ ਜਿਹੜੇ ਆ ਨਾ ਉਹ ਚੰਗਾ ਨਹੀਂ ਸਮਝਦੇ ਸਾਡੇ ਲੋਕ ਇਹ ਅਸੀਂ ਚੰਗਾ ਕੀ ਕਰ ਰਹੇ ਆ ਇਹ ਨਹੀਂ ਦੇਖਦੇ ਉਹ ਕੁਝ ਕੁ ਕਮੀਆਂ ਨੂੰ ਦੇਖ ਕੇ ਤੇ ਜ਼ਿਆਦਾਤਰ ਜਿਹੜੇ ਸਾਨੂੰ ਬਚਪਨ ਤੋਂ ਜਾਣਦੇ ਹੁੰਦੇ ਨੇ ਜਾਂ ਜਿਹੜੇ ਸਾਡੇ ਆਣ ਗਵਾਂੜੇ ਜਾਂ ਸਾਡਾ ਜਿਹੜਾ ਪਿੰਡ ਹੁੰਦਾ ਆ ਹਨਾ ਉਹ ਲੋਕ ਜ਼ਿਆਦਾ ਚੰਗੀ ਤਰ੍ਹਾਂ ਜਾਣਦੇ ਨੇ ਉਹਨਾਂ ਲੋਕਾਂ ਦੀਆਂ ਕੁਝ ਗੱਲਾਂ ਨੂੰ ਲੈ ਕੇ ਕਈ ਵਾਰੀ ਮੇਰੇ ਬ੍ਰਦਰ ਮੈਨੂੰ ਡੱਕਦੇ ਵੀ ਨੇ ਕਿਉਂਕਿ ਮੇਰੇ ਲਈ ਮੇਰਾ ਪਿਓ ਵੀ ਉਹੀ ਹੈ ਮੇਰੀ ਮਾਂ ਵੀ ਉਹੀ ਹੈ ਵੱਡਾ ਆ ਮੇਰ ਨੂੰ ਉਹ ਮੈਨੂੰ ਡੱਕਦੇ ਜ਼ਰੂਰ ਨੇ ਕਿ ਯਾਰ ਆਪਾਂ ਕੀ ਲੈਣਾ ਕਿ ਲੋਕ ਜੇ ਕੋਈ ਬੰਦਾ ਚੰਗਾ ਕਰਦਾ ਵਾ ਤੇ ਉਹਦੀ ਇੰਨੀ ਮਿੱਟੀ ਪਲੀਤ ਕਰ ਦਿੰਦੇ ਨੇ ਕਿ ਯਾਰ ਬੰਦੇ ਦਾ ਮਨ ਚੁੱਕਿਆ ਜਾਂਦਾ ਉਹ ਮੈਨੂੰ ਡੱਕਦੇ ਨੇ ਹਨਾ ਮੇਰਾ ਆਪਣਾ ਪਰਿਵਾਰ ਵੀ ਮੈਨੂੰ ਡੱਕਦਾ ਸਿਰਫ ਲੋਕਾਂ ਕਰਕੇ ਉਦਾਂ ਨਹੀਂ ਉਦਾਂ ਮੈਨੂੰ ਪਰਿਵਾਰ ਦਾ ਪੂਰਾ ਸਾਥ ਹੈ ਪਰ ਇਹ ਸੇਵਾ ਦਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਸ਼ਾਇਦ ਮੈਂ ਕਿਸੇ ਦਾ ਵਿਚਾਰ ਨਹੀਂ ਕੀਤੀ ਕਿਉਂਕਿ ਜੇ ਮੈਂ ਸ਼ਾਇਦ ਵਿਚਾਰ ਕਰਦਾ ਤੇ ਹੋ ਸਕਦਾ ਕਿ ਮੈਨੂੰ ਡੱਕਿਆ ਜਾਂਦਾ ਪਰ ਜਦੋਂ ਸ਼ੁਰੂਆਤ ਫੇਰ ਹੀ ਪਤਾ ਲੱਗਾ ਪਰਿਵਾਰ ਨੂੰ ਜਦੋਂ ਇਹ ਚੀਜ਼ ਦੀ ਸ਼ੁਰੂਆਤ ਹੋ ਗਈ ਐ ਬਾਕੀ ਪਰਿਵਾਰ ਦੀ ਪੂਰੀ ਸਪੋਰਟ ਹੈ ਜੀ ਤੇ ਇਹ ਜੀ ਜਿਹੜੇ ਲੋਕ ਹਣ ਮੌਕੇ ਤੇ ਤੁਹਾਡੇ ਕੋਲ ਮੌਜੂਦ ਨੇ ਇਥੇ ਕਿਵੇਂ ਨਹੀਂ ਗੱਲਾਂ ਬਾਤਾਂ ਕਰਦੇ ਨੇ ਜਿਹੜੇ ਬੋਲ ਸਕਦੇ ਹੈਗੇ ਔਰ ਜਿਹੜੇ ਨਹੀਂ ਬੋਲ ਸਕਦੇ ਹੈਗੇ ਤੇ ਫਿਰ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਹੈਂਡਲ ਕਰਦੇ ਹੋ ਜਿਹੜੇ ਤਾਂ ਬੋਲ ਸਕਦੇ ਨੇ ਜੀ ਉਹ ਤਾਂ ਬਿਲਕੁਲ ਇੱਕ ਪਰਿਵਾਰਕ ਮਾਹੌਲ ਦੇ ਤਰੀਕੇ ਨਾਲ ਰਹਿੰਦੇ ਆ ਕਿਉਂਕਿ ਇੱਥੇ ਇਹ ਅਸੀਂ ਤਾਂ ਸਾਰਾ ਦਿਨ ਇਹਨਾਂ ਨਾਲ ਹਾਸਿਆ ਖੇਡੀਆਂ ਕਰਦੇ ਆਂ ਮਜ਼ਾਕ ਵਗੈਰਾ ਕਰਦੇ ਆਂ ਇਹ ਆਪਸ ਵਿੱਚ ਬਹੁਤ ਕਰਦੇ ਨੇ ਆਫਿਸ ਦੇ ਵਿੱਚ ਬਹੁਤ ਕਰਦੇ ਨੇ ਇੱਥੇ ਬਹੁਤ ਸਾਰੇ ਵੀਰ ਨੇ ਜਿਹੜੇ ਇੱਕ ਦੂਜੇ ਨੂੰ ਛੇੜਦੇ ਰਹਿੰਦੇ ਨੇ ਜਿਵੇਂ ਉਹ ਆੜਾ ਪਿੱਛੇ ਖੇਲ ਰਿਹਾ ਆਪਣੇ ਆਪ ਉਹਨੇ ਸਾਰਾ ਦਿਨ ਐਂ ਕਰਦੇ ਰਹਿਣਾ ਉਹਨੂੰ ਕਿਸੇ ਨੇ ਛੇੜਤਾ ਉਹਨੂੰ ਛੇੜਤਾ ਇੱਕ ਸਾਡੇ ਕੋਲ 21-20 ਸਾਲ ਦਾ ਬੱਚਾ ਹੋਣਾ ਮੰਦਭੁੱਧੀ ਐ ਉਹ ਕੁਝ ਬੋਲਦਾ ਨਹੀਂ ਪਰ ਉਹਦੇ ਨਾਲ ਸਾਰਾ ਦਿਨ ਸ਼ਰਾਰਤਾ ਚੱਲਦੀ ਰਹਿੰਦੀ ਐ ਕਿਉਂਕਿ ਉਹ ਪੱਟ ਤੇ ਥਾਪੀ ਬਹੁਤ ਸੋਣੀ ਮਾਰਦਾ ਉਹਨੂੰ ਹੁਣ ਵੀ ਆਪਾਂ ਕਵਾਂਗੇ ਨਾ ਤਾਂ ਬੜੀ ਵਧੀਆ ਥਾਪੀ ਮਾਰਦਾ ਉਹ ਬੋਲ ਨਹੀਂ ਸਕਦਾ ਤੇ ਇਸੇ ਤਰ੍ਹਾਂ ਸਾਰਾ ਦਿਨ ਹਾਸਿਆ ਖੇਡੀਆਂ ਚੱਲਦੀਆਂ ਰਹਿੰਦੀਆਂ ਮਾਈ ਜੀ ਇੱਕ ਮਤਲਬ ਇੱਕ ਪਰਿਵਾਰ ਵਾਲਾ ਮ ਪੂਰਾ ਪਰਿਵਾਰ ਵਾਲਾ ਮਾਹੌਲ ਹਨਾ ਇਹ ਨਹੀਂ ਅ ਅਸੀਂ ਕਹਿ ਸਕਦੇ ਕਿ ਸਾਡਾ ਇੱਥੇ ਵਿਦ ਕਰਾਨੀ ਹੈ ਇਹ ਵੀ ਸਾਨੂੰ ਸਾਡਾ ਧਰਮ ਸਿਖਾਉਂਦਾ ਸਾਨੂੰ ਸਾਡੇ ਗੁਰੂ ਸਾਹਿਬ ਸਿਖਾਉਂਦੇ ਨੇ ਕਿ ਅਸੀਂ ਇੱਥੇ ਵਿਦ ਕਰਾਨੀ ਕਰਦੇ ਸਾਡੇ ਇੱਥੇ ਸਾਰਿਆਂ ਦੇ ਭਾਂਡੇ ਵੀ ਬਾਈ ਦੀ ਇਕੱਠੇ ਨੇ ਸਾਡੇ ਮੰਜੇ ਵੀ ਇਕੱਠੇ ਨੇ ਬਿਸਤਰੇ ਵੀ ਇਕੱਠੇ ਨੇ ਅਸੀਂ ਇਹਨਾਂ ਨੂੰ ਇੱਕ ਸਾਫ਼ ਸੁਥਰੀ ਜ਼ਿੰਦਗੀ ਦਿੰਨੇ ਆ ਇਥੇ ਕਿਸੇ ਵੀ ਮੰਜੇ ਤੇ ਕਿਸੇ ਵੀ ਬਿਸਤਰੇ 'ਚ ਕਿਸੇ ਵੀ ਬੰਦੇ ਨੂੰ ਆਪਾਂ ਜੱਫੀ ਪਾ ਸਕਦੇ ਆ ਬਹਿ ਸਕਦੇ ਆ ਜਿਹੜੇ ਲੋਕ ਵਿజిਟ ਕਰਨ ਆਉਂਦੇ ਨੇ ਉਹ ਵੀ ਇਹਨਾਂ ਨੂੰ ਹੱਥ ਮਲਾਉਂਦੇ ਨੇ ਇਹਨਾਂ ਨੂੰ ਗਲ ਬਕੜੀ 'ਚ ਲੈਂਦੇ ਨੇ ਜਿਹੜੇ ਇਹਨਾਂ ਨੂੰ ਪਿਆਰ ਕਰਦੇ ਨੇ ਕਿਉਂਕਿ ਉਹਨਾਂ ਦਾ ਹੀ ਉਹੀ ਜਿਹੜਾ ਇਹਨਾਂ ਨੂੰ ਪਿਆਰ ਕਰਦਾ ਇਹਨਾਂ ਨੂੰ ਪਿਆਰ ਕਰਨ ਵਾਲੇ ਸਾਡੇ ਸਮਾਜ 'ਚ ਲੋਕ ਬਹੁਤ ਘੱਟ ਨੇ ਇਹ ਵੀ ਇੱਕ ਇੱਕ ਕੌੜਾ ਸੱਚ ਹੈ ਕੋਈ ਮੰਨੇ ਨਾ ਮੰਨੇ ਧਾਰਮਿਕ ਸਥਾਨਾਂ ਦੇ ਵਿੱਚ ਅਸੀਂ ਰੱਬ ਨੂੰ ਲੱਭਣ ਲਈ ਤਾਂ ਲੱਗੇ ਹੋਏ ਆ ਅਸੀਂ ਚਾਰ ਦੁਆਰੀ ਦੇ ਵਿੱਚ ਮੱਥਾ ਤਾਂ ਜ਼ਰੂਰ ਟੇਕਦੇ ਆ ਪਰ ਅਸੀਂ ਇਹ ਨਹੀਂ ਸੋਚਦੇ ਕਿ ਜਿਹੜਾ ਅਸਲ ਰੱਬ ਹੈ ਉਹ ਇਨਸਾਨਾਂ ਚ ਜੇ ਅਸੀਂ ਇਨਸਾਨ ਚ ਫਰਕ ਕਰ ਲਿਆ ਨਾ ਫਿਰ ਅਸੀਂ ਨਾ ਤਾਂ ਪੱਕੇ ਧਰਮੀ ਹੋ ਸਕਦੇ ਆ ਤੇ ਨਾ ਹੀ ਅਸੀਂ ਰੱਬ ਨੂੰ ਖੁਸ਼ ਕਰ ਸਕਦੇ ਆ ਸੋ ਇਹਨਾਂ ਨੂੰ ਅਸੀਂ ਇੱਕ ਆਪਣਾ ਜੀਵਨ ਦਿੰਨੇ ਆ ਜਿਹੜੇ ਲੋਕਾਂ ਦੇ ਘਰਾਂ ਚੋਂ ਅਸੀਂ ਛਡਾ ਕੇ ਲਿਉਂਨੇ ਆ ਅਸੀਂ ਉਹਨਾਂ ਨੂੰ ਵੀ ਬੇਨਤੀਆਂ ਕਰਦੇ ਆ ਕਿ ਯਾਰ ਤੁਸੀਂ ਜੀਵਨ ਵਧੀਆ ਦਿਓ ਅਸੀਂ ਪੰਜ ਬੰਦੇ ਇਥੋਂ ਇੱਕ ਮੱਝਾਂ ਦੇ ਵਾੜੇ ਚੋਂ ਜਲੰਧਰੋਂ ਛਡਾ ਕੇ ਲਿਆਏ ਆ ਉਹ ਬੰਦਿਆਂ ਦੇ ਹਾਲਾਤ ਇਦਾਂ ਦੇ ਸੀ ਕਿ ਜਦੋਂ ਅਸੀਂ ਉਹਨਾਂ ਨੂੰ ਕੁਝ ਪੁੱਛਿਆ ਲਾ ਵੀ ਕਿਵੇਂ ਰਹਿੰਦੇ ਉਹਨਾਂ ਦੇ ਜਵਾਬ ਵੀ ਇਹ ਹੋਏ ਕਿ ਯਾਰ ਜ਼ਿੰਦਗੀ ਤਾਂ ਸਾਫ਼ ਦੋ ਹਾਲਾਂਕਿ ਉਹ ਭਾਵੇਂ ਠੀਕ ਨਹੀਂ ਆ ਉਹ ਕਹਿੰਦੇ ਲਿਬੜਿਆ ਤੇ ਬੜਿਆ ਬੰਦਾ ਗੋਹੇ ਨਾਲ ਭਰਿਆ ਬੰਦਾ ਕਿਵੇਂ ਰੋਟੀ ਖਾਂਦਾ ਹੋਊਗਾ ਇਹ ਚੀਜ਼ਾਂ ਮਹਿਸੂਸ ਕਰਨ ਵਾਲੀਆਂ ਸੀ ਉਹਨਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਤੁਹਾਡੇ ਘਰਾਂ 'ਚ ਹੈਗੇ ਨੇ ਜੀ ਉਹ ਐਡਰੈਸ ਦੱਸਦੇ ਨੇ ਤਾਂ ਤੁਸੀਂ ਉਹਨਾਂ ਨੂੰ ਆਪ ਉਹਨਾਂ ਦੇ ਘਰਾਂ 'ਚ ਮਿਲਾ ਦਿਓ ਸਾਨੂੰ ਜਾਣ ਦੀ ਲੋੜ ਹੀ ਨਾ ਪਵੇ ਤੁਸੀਂ ਇੱਕ ਜੀਵਨ ਵਧੀਆ ਦੋ ਮੰਜਾ ਬਿਸਤਰਾ ਸਾਰਾ ਦਿਨ ਕੰਮ ਕਰਾਓ ਕੰਮ ਕਰਉਣਾ ਗੁਨਾਹ ਨਹੀਂ ਪਰ ਸ਼ਾਮੀ ਯਾਰ ਆਪਦੇ ਬੱਚਿਆਂ ਵਾਂਗ ਨਿਵਾਤ ਆ ਦੋ ਬਹੁਤ ਸਾਰੇ ਸਦਾਰ ਹੋ ਰਹੇ ਨੇ ਹੁਣ ਕਈ ਲੋਕ ਉਹਨਾਂ ਡਰ ਦੇ ਮਾਰੇ ਆਪਾਂ ਜੇ ਨਾਲਾ ਏਰੀਆ ਚਲੇ ਜਾਈਏ ਆਪਾਂ ਅਟਾਰੀ ਵਾਲੀ ਸਾਈਡ ਚਲੇ ਜਾਈਏ ਬਹੁਤ ਲੋਕ ਇਹਨਾਂ ਨੂੰ ਨਹਾਉਣ ਤੋਂ ਉਹਨਾਂ ਲੱਗੇ ਨੇ ਕਿਉਂਕਿ ਆਪ ਨਹੀਂ ਨਹਾਤ ਹੋ ਸਕਦੇ ਤੇ ਸੰਸਥਾਵਾਂ ਦੇ ਡਰ ਨਾਲ ਜਿਵੇਂ ਸੰਸਥਾਵਾਂ ਲੱਗੀਆਂ ਹੋਈਆਂ ਨੇ ਇਸ ਕਾਰਜ ਦੇ ਵਿੱਚ ਤਾਂ ਕਿਤੇ ਨਾ ਕਿਤੇ ਲੋਕ ਅਵੇਅਰ ਵੀ ਹੋ ਰਹੇ ਨੇ ਪਰ ਅਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਜਦੋਂ ਸੰਸਥਾ ਆਊਗੀ ਦੇਖੀ ਜਾਊਗੀ ਜਦੋਂ ਅਸੀਂ ਜਾਣੇ ਆ ਫਿਰ ਸਾਡੇ ਤਰਲੇ ਵੀ ਕੀਤੇ ਜਾਂਦੇ ਆ ਕਿਉਂਕਿ ਕਾਨੂੰਨੀ ਤਾਂ ਜ਼ੁਲਮ ਹੈ ਨਾ ਪਰ ਚਾ ਵੀ ਬਣਦਾ ਤਾਂ ਹੈਪੀ ਜੀ ਫਿਰ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈਗਾ ਕਿ ਕਿਸੇ ਘਰ ਦੇ ਵਿੱਚ ਕਿਸੇ ਜ਼ਿੰਮੇਵਾਰ ਵੱਲੋਂ ਹੈਗਾ ਜਿਹੜਾ ਕਿਸੇ ਨੰਬੰਦੀ ਬਣਾਇਆ ਹੋਇਆ ਹੈ ਜਾਂ ਉਹਦੇ ਕੋਲ ਜਿਹੜਾ ਹੈਗਾ ਉਹ ਗਲਤ ਤਰੀਕੇ ਨਾਲ ਕੰਮ ਕਰਵਾਏ ਜਾ ਰਹੇ ਤੁਹਾਨੂੰ ਕਿਸ ਤਰ੍ਹਾਂ ਜਾਣਕਾਰੀ ਮਿਲਦੀ ਹੈ ਜਿਵੇਂ ਸਾਡੀਆਂ ਬਹੁਤ ਸਾਰੀਆਂ ਵੀਡੀਓ ਸਾਡੇ ਪੇਜ ਤੇ ਵੀ ਚੱਲਦੀਆਂ ਨੇ ਤੇਰਾ ਆਸਰਾ ਸੁਸਾਇਟੀ ਪਿੰਡ ਵੱਲਾ ਤੇ ਨਾਮ ਤੇ ਪੇਜ ਹੈ YouTube ਤੇ ਵੀ ਹੈ ਤੇ ਆਪਣਾ Facebook ਤੇ ਵੀ ਹੈ ਸੋ ਸੰਗਤ ਸਾਨੂੰ ਚੋਰੀ ਵੀਡੀਓ ਬਣਾ ਕੇ ਭੇਜਦੀ ਆ ਕਿਸੇ ਦਾ ਗੋਹਾ ਗੂੜਾ ਕਰਦੇ ਦੀ ਵੀਡੀਓ ਭੇਜਤੀ ਜਾਂ ਕਿਸੇ ਦਾ ਅਸੀਂ ਕਹਿੰਨੇ ਆ ਕਿ ਸਾਨੂੰ ਜਿਹੜਾ ਬੰਦਾ ਜਿੱਦੀ ਤੁਸੀਂ ਵੀਡੀਓ ਬਣਾਈਆਂ ਸਾਨੂੰ ਇਹ ਫਿਰ ਤੁਸੀਂ ਪੁਲਿਸ ਨੂੰ ਇਨਫੋਰਮ ਕਰਦੇ ਜਾਂ ਹਾਂਜੀ ਮੈਂ ਦੱਸਦਾ ਨਾ ਇਹ ਪਹਿਲਾਂ ਸਾਨੂੰ ਵੀਡੀਓ ਆਉਂਦੀ ਆ ਫਿਰ ਅਸੀਂ ਉਹਨੂੰ ਬੰਦੇ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਜਿਹੜਾ ਬੰਦਾ ਜਿੱਦੀ ਤੁਸੀਂ ਵੀਡੀਓ ਭੇਜੀ ਆ ਨਾ ਉਹਨੂੰ ਉਹਦਾ ਨਾਮ ਜ਼ਿਲ੍ਹਾ ਪਤਾ ਦਾ ਨਾਂ ਕੀ ਆ گاਉਂ ਕਿਹੜਾ ਤੇ ਪੁਲਿਸ ਥਾਣਾ ਕਿਹੜਾ ਲੱਗਦਾ ਇਹ ਪੰਜ ਚੀਜ਼ਾਂ ਸਾਨੂੰ ਦੇ ਦਿਓ ਜੇ ਤਾਂ ਤੁਹਾਨੂੰ ਉਹ ਪ੍ਰੋਪਰ ਮਿਲ ਜਾਣਾ ਤਾਂ ਅਸੀਂ ਪਹਿਲਾਂ ਪਰਿਵਾਰ ਹੀ ਲੱਭ ਲੈਨੇ ਆ ਗੂਗਲ ਦੇ ਜ਼ਰੀਏ ਪੁਲਸ ਦੇ ਜ਼ਰੀਏ ਚੰਡੀਗੜ੍ਹ ਤੋਂ ਸਾਡੇ ਸੁਭਾਸ਼ ਭਾਜੀ ਨੇ ਉਹੀ ਘਰ ਲੱਭਦੇ ਨੇ ਸਾਰੇ ਉਸ ਤੋਂ ਬਾਅਦ ਫਿਰ ਅਸੀਂ ਪੂਰੀ ਪਲੈਨਿੰਗ ਦੇ ਨਾਲ ਫਿਰ ਅਸੀਂ ਉਸ ਬੰਦੇ ਦੀ ਪੂਰੀ ਜਾਣਕਾਰੀ ਲੈਨੇ ਆ ਕਿ ਉਹ ਬੰਦਾ ਤਨਖਾਹ ਦੇ ਦਿੰਨੀ ਆ ਕਿਉਂਕਿ ਇਸ ਕੰਮ ਦੇ ਵਿੱਚ ਵੀ ਲੋਕ ਨਿੱਜੀ ਵੈਰ-ਵਿਰੋਧਾ ਕੱਟਦੇ ਨੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਤੁਹਾਡੀ ਮੇਰੇ ਨਾਲ ਲੱਗਦੀ ਆ ਠੀਕ ਹੈ ਤੁਸੀਂ ਮੇਰੇ ਗਵਾਹਡ ਹੋ ਤੁਸੀਂ ਮੈਂ ਬੰਦਾ ਰੱਖਿਆ ਤੁਸੀਂ ਉਹਦੀ ਵੀਡੀਓ ਸਾਨੂੰ ਭੇਜ ਦਿੰਦੇ ਹੋ ਤੁਸੀਂ ਉੱਥੇ ਵੈਰ ਕੱਢ ਰਹੇ ਹੋ ਵੈਰ ਨਾ ਕੱਢੋ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਹੱਥ ਬੰਨ੍ਹ ਕੇ ਸੰਗਤ ਨੂੰ ਕਿਉਂਕਿ ਸੇਵਾ ਦੇ ਕਾਰਜ ਵਿੱਚ ਵੀ ਵੈਰ ਨਾ ਕੱਢੋ ਕਿਉਂਕਿ ਮੰਨ ਲਓ ਕਿ ਇਹਨੇ 15 ਸਾਲ ਤੋਂ ਬੰਦਾ ਰੱਖਿਆ ਉਦੋਂ ਤਾਂ ਤੁਸੀਂ ਦੱਸਿਆ ਨਹੀਂ ਜੇ ਤੁਹਾਡੀ ਤੁੰਦੂ ਮਾਮੇ ਹੋ ਗਈਆ ਤੁਸੀਂ ਅਗਲੇ ਦਿਨ ਵੀਡੀਓ ਭੇਜ ਦਿੰਦੇ ਹੋ ਕਿਉਂਕਿ ਕਿਉਂ ਭੇਜਦੇ ਆ ਕਿਉਂਕਿ ਅਸੀਂ ਜਾਵਾਂਗੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਜਾਵਾਂਗੇ ਵੀਡੀਓ ਬਣੂਗੀ ਨੈਟ ਤੇ ਪਊਗੀ ਕਮੈਂਟਾਂ ਦੇ ਵਿੱਚ ਲੋਕ ਲਾਂਤਾਂ ਪਾਉਣਗੇ ਤੇ ਉਸਦੇ ਦੁਸ਼ਮਣ ਨੂੰ ਖੁਸ਼ੀ ਮਿਲੂਗੀ ਇੱਥੇ ਵੀ ਲੋਕੀ ਨਿੱਜੀ ਵੈਰ-ਵਿਰੋਧਤਾ ਜ਼ਿਆਦਾਤਰ ਕਰਦੇ ਨੇ ਪਰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਆ ਕਿ ਜਿਹੜੇ ਬੰਦੇ ਦੀ ਸਾਨੂੰ ਵੀਡੀਓ ਆਈ ਉਹਦੀ ਪੂਰੀ ਪੈਰਵਾਈ ਕਰ ਲਈਏ ਫਿਰ ਅਸੀਂ ਪ੍ਰਸ਼ਾਸਨ ਨੂੰ ਨਾਲ ਖੜਦੇ ਤਾਂ ਜ਼ਰੂਰ ਆ ਤੇ ਪ੍ਰਸ਼ਾਸਨ ਵੀ ਸਾਡਾ ਪੂਰਾ ਵੱਡੇ ਪੱਧਰ ਤੇ ਸਾਥ ਨਹੀਂ ਦਿੰਦਾ ਥਾਣਿਆਂ ਚੌਕੀਆਂ 'ਚ ਬਹੁਤ ਚੰਦਗਮਲਾਜਮ ਸਾਨੂੰ ਐਸੇ ਮਿਲਦੇ ਨੇ ਜਿਹੜੇ ਕਹਿੰਦੇ ਨੇ ਭਾਈ ਚਲੋ ਸੇਵਾ ਦਾ ਕਾਰਜ ਆ ਅਸੀਂ ਨਾਲ ਚੱਲਦੇ ਆ ਨਹੀਂ ਤਾਂ ਸਾਨੂੰ ਟਾਲਿਆ ਜਾਂਦਾ ਦੋ-ਦੋ ਘੰਟੇ ਸਾਨੂੰ ਥਾਣੇ ਦੀ ਬਾਹਰ ਲਿਆ ਜਾਂਦਾ ਚਲਦੇ ਆ ਆ ਰਹੇ ਆ ਮਲਾਜਮ ਨਹੀਂ ਹੈਗੇ ਐਵੇਂ ਆ ਜਿਵੇਂ ਆ ਜਾਂ ਅਸੀਂ ਕੀ ਕਰਾਂਗੇ ਤੁਸੀਂ ਆਪ ਚਲੇ ਜਾਓ ਜਾਂ ਉੱਤੋਂ ਆਰਡਰ ਨਹੀਂ ਹੈਗਾ ਹਨਾ ਡੀਸੀ ਸਾਹਿਬ ਦਾ ਆਰਡਰ ਲੈ ਕੇ ਆਓ ਐਸਡੀਐਮ ਸਾਹਿਬ ਦਾ ਲੈ ਕੇ ਆਓ ਤੇ ਜੇ ਅਸੀਂ ਇਹ ਸਾਰੇ ਆਰਡਰ ਲੈਣ ਚਲ ਜੀਏ ਫਿਰ ਤਾਂ ਉਹ ਬੰਦਾ ਗਾਂਭਸ਼ਾਹ ਹੋ ਜੂ ਫਿਰ ਤਾਂ ਉਹਨਾਂ ਲੋਕਾਂ ਨੂੰ ਪਤਾ ਲੱਗ ਜਾਂਦਾ ਫਿਰ ਉਹ ਬੰਦਾ ਲਗਾ ਲੈਂਦੇ ਨੇ ਸੋ ਸੰਗਤ ਦੇ ذریعے ਸਾਨੂੰ ਪਤਾ ਲੱਗਦਾ ਸੰਗਤ ਦੇ ذریعے ਹੀ ਇਹ ਸੇਵਾ ਅੱਗੇ ਵਧ ਰਹੀ ਆ ਸੰਗਤ ਹੀ ਸਾਨੂੰ ਐਪਰੀਸ਼ੀਏਟ ਕਰਦੀ ਆ ਜਿਹੜੀ ਵੀਡੀਓ ਮੰਨ ਲਓ ਅਸੀਂ ਪਾਉਨੇ ਆ ਉਹਦੇ ਵਿੱਚ 95% 99% ਲੋਕ ਸਾਨੂੰ ਕਹਿੰਦੇ ਬਹੁਤ ਵਧੀਆ ਕੀਤਾ ਕਿ ਤੁਸੀਂ ਸਾਡਾ ਜੀ ਮਲਾ ਕੇ 2% ਲੋਕ ਆਉਂਦੇ ਨੇ ਜਿਹੜੇ ਸਾਨੂੰ ਕਹਿੰਦੇ ਨੇ ਯਾਰ ਤੁਸੀਂ ਪ੍ਰਵਾਸੀਆਂ ਨਾ ਖੜਦੇ ਉਹ ਤੇ ਪੰਜਾਬ ਨਾਲ ਧੱਕਾ ਕਰ ਰਹੇ ਹੋ ਉਹਨਾਂ ਨੂੰ ਸਾਡਾ ਇਹੀ ਜਵਾਬ ਹੈ ਕਿ ਅਸੀਂ ਪੰਜਾਬ ਦੇ ਹਿੱਤ ਲਈ ਲੱਗੇ ਆਂ ਅਸੀਂ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਨੇ ਆ ਜਿਹੜੀ ਕੁਝ ਕੁ ਲੋਕਾਂ ਵੱਲੋਂ ਇੱਕ ਮਾੜਾ ਕੰਮ ਕੀਤਾ ਜਾ ਰਿਹਾ ਸੀ ਉਹਨੂੰ ਮਿਟਾਉਣਾ ਚਾਹੁੰਨੇ ਆ ਕਿਉਂਕਿ ਸਾਡਾ ਇਤਿਹਾਸ ਬਹੁਤ ਵੱਡਾ ਖਾਸ ਕਰਕੇ ਮਾਝੇ ਦਾ ਇਤਿਹਾਸ ਤਾਂ ਸਾਰਿਆਂ ਨੂੰ ਪਤਾ ਹੀ ਆ ਪਰ ਉਹ ਮਾਜੇ ਦੇ ਜਰਨੈਲ ਨਹੀਂ ਹੋਣਗੇ ਜਿਹੜੇ ਕਿਸੇ ਨੂੰ ਆਪਦੇ ਘਰ ਦੇ ਵਿੱਚ ਗੁਲਾਮ ਰੱਖਦੇ ਨੇ ਕਿਉਂਕਿ ਬੜੇ ਲੋਕ ਨੇ ਜਿਹੜੇ ਕਿਤੇ ਨਾ ਕਿਤੇ ਸਾਡੀ ਪਿੱਠ ਲਾਉਣ ਨੂੰ ਵੀ ਜਾਰੀ ਰਹਿਂਦੇ ਨੇ ਅਸੀਂ ਉਹਨਾਂ ਲੋਕਾਂ ਨੂੰ ਬੇਨਤੀ ਵੀ ਕਰਦੇ ਆਂ ਕਿ ਜਿੱਦਣ ਸਾਨੂੰ ਸੰਗਤ 95% ਸੰਗਤ ਸਾਨੂੰ ਕਹਿ ਦੂਗੀ ਨਾ 80% ਵੀ ਸੰਗਤ ਕਹਿ ਦੂਗੀ ਨਾ ਕਿ ਤੁਸੀਂ ਇਹ ਕੰਮ ਮਾੜਾ ਕਰ ਰਹੇ ਹੋ ਅਸੀਂ ਉਦੋਂ ਹੀ ਬੰਦ ਕਰ ਦਾਂਗੇ ਪਰ 2% ਲੋਕਾਂ ਕਰਕੇ ਅਸੀਂ ਇਹ ਚੀਜ਼ ਬੰਦ ਨਹੀਂ ਕਰ ਸਕਦੇ ਬਾਈ ਜੀ ਹਾਂ ਜੀ ਜਿਹੜੀ ਤੁਸੀਂ ਸੰਸਥਾ ਚਲਾ ਰਹੇ ਇਹਦੇ ਵਿੱਚ ਸਰਕਾਰ ਵੱਲੋਂ ਵੀ ਕਿਹੋ ਜਿਹਾ ਸਹਿਯੋਗ ਹੈ ਕਿ ਹਾਂ ਜਿਹੜੇ ਤੁਹਾਡੇ ਦਾਨੀ ਸੱਜਣ ਨੇ ਉਹੀ ਮਤ ਕਰਦੇ ਇਸ ਕਾਰਜ ਦੇ ਵਿੱਚ ਨਹੀਂ ਜੀ ਸਾਡੇ ਸਿਰਫ ਤਾਂ ਸਿਰਫ ਦਾਨੀ ਸੱਜਣਾ ਕੋਈ ਚੀਜ਼ਾਂ ਲੈ ਕੇ ਦਿੰਦਾ ਕੋਈ ਸਮਾਨ ਲੈ ਕੇ ਦਿੰਦਾ ਕੋਈ ਕੈਸ਼ ਦੇ ਵਿੱਚ ਸੇਵਾ ਦਿੰਦਾ ਹਨਾ ਤੇ ਅਸੀਂ ਇਹ ਵੀ ਨਹੀਂ ਕਹਿੰਦੇ ਕਿ ਅਸੀਂ ਸੇਵਾ ਕੈਸ਼ ਲੈਂਦੇ ਨਹੀਂ ਐਵੇਂ ਫੌੜ ਮਾਰਦੀਏ ਵੀ ਅਸੀਂ ਲੈਂਦੇ ਨਹੀਂ ਸੇਵਾ ਕੈਸ਼ ਸਾਰੇ ਲੈਂਦੇ ਨੇ ਕਿਉਂਕਿ ਮਾਇਆ ਤੋਂ ਬਿਨਾ ਕੁਝ ਨਹੀਂ ਚੱਲਦਾ ਹਾਂ ਉਹਦੀ ਇੱਕ ਪਾਰਦਰਸ਼ਤਾ ਸੇਵਾ ਆਈ ਕਿੱਥੋਂ ਤੇ ਲੱਗੀ ਕਿੱਥੇ ਉਹ ਇੱਕ ਪਾਰਦਰਸ਼ਤਾ ਜ਼ਰੂਰ ਰੱਖਣੀ ਚਾਹੀਦੀ ਹੈ ਹਰ ਇੱਕ ਨੂੰ ਰੱਖਣੀ ਚਾਹੀਦੀ ਹੈ ਅਸੀਂ ਵੀ ਰੱਖਦੇ ਹਾਂ ਗੁਰੂ ਸਾਹਿਬ ਕਿਰਪਾ ਬਣਾਈ ਰੱਖਣ ਬਾਕੀ ਸਰਕਾਰ ਵੱਲੋਂ ਕੁਝ ਨਹੀਂ ਕਿਉਂਕਿ ਜੇ ਸਰਕਾਰਾਂ ਵੱਲੋਂ ਅਸੀਂ ਕੁਝ ਮਿਲਣਾ ਹੋਵੇ ਬਾਈ ਜੀ ਤਾਂ ਸ਼ਾਇਦ ਸਾਨੂੰ ਅਸੀਂ ਵੀ ਆਪਦਾ ਇੱਕ ਵਧੀਆ ਆਪਦੇ ਪਰਿਵਾਰ ਦੇ ਵਿੱਚ ਇੱਕ ਜੀਵਨ ਜੀ ਸਕਦੇ ਹਾਂ ਹੁਣ ਅਸੀਂ ਆਪਣੇ ਇਸ ਪਰਿਵਾਰ ਕਰਕੇ ਆਪਦੀ ਨਿੱਜੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਗਵਾ ਰਹੇ ਹਾਂ ਇਹ ਲੋਕੀ ਮਤ ਸੋਚਣ ਕਿ ਨਹੀਂ ਗਵਾ ਰਹੇ ਬੜਾ ਕੁਝ ਗਵਾ ਰਹੇ ਹਾਂ ਹਣਾ ਸਾਡਾ ਵੀ ਜੀ ਕਰਦਾ ਅਸੀਂ ਵੀ ਆ 11 دوستਾਂ ਚ ਬੈਠੀਏ ਅਸੀਂ ਵੀ ਹਰ ਇੱਕ ਥਾਂ ਕੁਮੀ ਨਹੀਂ ਜਾਇਆ ਜਾਂਦਾ ਕਿਉਂਕਿ ਪਰਿਵਾਰ ਵੱਡਾ ਨਾ ਨਹੀਂ ਜਾਇਆ ਜਾਂਦਾ ਬਾਕੀ ਸਰਕਾਰ ਵੱਲੋਂ ਕੁਝ ਨਹੀਂ ਕਿਉਂਕਿ ਸਰਕਾਰ ਨੇ ਕਰਨਾ ਵੀ ਕੀ ਆ ਆਪਾਂ ਇੱਕ ਬਦਲਾਅ ਲਿਆਂਦਾ ਸੀ ਉਹ ਵੀ ਨਾਂ ਦਾ ਹੀ ਰਹਿ ਗਿਆ ਦਵਾਈ ਤੇ ਪੜ੍ਹਾਈ ਦੇ ਨਾਂ ਤੇ ਸਰਕਾਰ ਬਣਦੀ ਆ ਇਹ ਦੋਵੇਂ ਚੀਜ਼ਾਂ ਸਾਨੂੰ ਅੱਜ ਵੀ ਨਹੀਂ ਮਿਲ ਰਹੀਆਂ 4 ਦਿਨ ਪਹਿਲਾਂ ਅਸੀਂ ਇੱਕ ਸਰਕਾਰੀ ਹਸਪੀਟਲ 'ਚ ਮਰੀਜ਼ ਲੈ ਕੇ ਗਏ ਆ ਜਿੱਥੇ ਸਾਨੂੰ 4 ਪੱਟੀਆਂ ਵੀ ਮੁੱਲ ਲੈਉਣੀਆਂ ਪਈਆਂ 4 ਇੰਚੀ 4 ਪੱਟੀਆਂ ਅਸੀਂ ਮੁੱਲ ਲੈ ਕੇ ਆਏ ਆ ਗਲਬਜ਼ ਵੀ ਨਹੀਂ ਸੀ ਹੈਗੇ ਡਾਕਟਰਾਂ ਕੋ ਸਰਕਾਰ ਇਹਨਾਂ ਲੋਕਾਂ ਨੂੰ ਕੀ ਦਊਗੀ ਇਹਨਾਂ ਇਹਨਾਂ ਲੋਕਾਂ ਲਈ ਕੁਝ ਨਹੀਂ ਹੈਗਾ ਸਰਕਾਰਾਂ ਦੇ ਮੈਨੀਫੈਸਟੋ ਜਾਰੀ ਹੁੰਦੇ ਆ ਕਿਸੇ ਵੀ ਸਰਕਾਰ ਦੇ ਹੁੰਦੇ ਆ ਉਹਨਾਂ 'ਚ ਇਹਨਾਂ ਦਾ ਜ਼ਿਕਰ ਨਹੀਂ ਹੁੰਦਾ ਕਿ ਜਿਹੜੇ ਲੋਕ ਰੋਡ ਸਾਈਡ ਲਵਾਰਸ ਨੇ ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਬਾਈ ਜੀ ਸੋ ਇਹ ਦਾਨੀ ਸੱਜਣਾ ਨਾਲ ਚੱਲਦਾ ਅਸੀਂ ਚੋਣੇ ਵੀ ਆ ਕਿ ਸਾਡੀ ਮਦਦ ਸਿਰਫ ਦਾਨੀ ਸੱਜਣ ਕਰਨ ਅਸੀਂ ਸਰਕਾਰ ਦੇ ਅਧੀਨ ਹੋਈਏ ਹੀ ਨਾ ਇਹ ਸਾਡੀ ਬੇਨਤੀ ਹੈ ਸੰਗਤ ਨੂੰ ਜੀ ਇਹ ਬਿਜਿ ਡਿਸਟ੍ਰੈਸ ਸੀ ਜਰੋ ਕਿਸੇ ਦੇ ਘਰ ਦੇ ਵਿੱਚੋਂ ਕਿਸੇ ਵੀ ਜਿਹੜਾ ਪ੍ਰਵਾਸੀ ਹੈ ਜਾਂ ਕੋਈ ਪੰਜਾਬੀ ਨੂੰ ਰੈਸਕਿਊ ਕਰਨ ਜਾਂਦੇ ਆਪਣੀ ਟੀਮ ਦੇ ਨਾਲ ਤਾਂ ਕਦੀ ਇਸ ਤਰ੍ਹਾਂ ਹੋਇਆ ਮੰਨ ਦੇ ਅੰਦਰ ਕੋਈ ਡਰ ਤੁਹਾਨੂੰ ਮਹਿਸੂਸ ਹੋਇਆ ਵੀ ਇਹ ਗਲਤ ਕਰ ਰਹੇ ਆ ਜਾਂ ਸਾਨੂੰ ਕਿਸੇ ਵੇਲੇ ਹੁੰਦਾ ਕਿ ਜਿਸ ਪਰਿਵਾਰ ਕੋਲ ਜਾਂਦੀ ਉਹ ਪਿੰਡ ਵਾਲੇ ਹੈ ਵੀ ਹੋ ਜਣੀਆਂ ਉਹ ਪਰਿਵਾਰ ਹੈ ਵੀ ਹੋ ਜੇ ਤੁਹਾਡੇ ਤੇ ਕੋ ਡਰ ਤਾਂ ਹੁੰਦਾ ਅਸੀਂ ਇੱਥੇ ਲੋਕ ਆਪਣੀ ਮਤਲਬ ਆਪਣੀ ਜ਼ਿੰਦਗੀ ਦੇ ਵਿੱਚ ਦੁਸ਼ਮਣੀ ਪਾਉਣ ਤੋਂ ਡਰਦੇ ਨੇ ਆਪ ਦੇ ਲਈ ਅਸੀਂ ਉਹਨਾਂ ਲੋਕਾਂ ਲਈ ਆਪਦੀਆਂ ਦੁਸ਼ਮਣੀਆਂ ਪਾਲ ਰਹੇ ਹਾਂ ਉਹਨਾਂ ਲੋਕਾਂ ਲਈ ਅਸੀਂ ਦੁਸ਼ਮਣੀਆਂ ਪਾਲ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ ਡਰ ਤਾਂ ਹੁੰਦਾ ਬਾਕੀ ਜਦੋਂ ਅਸੀਂ ਤੁਰਦੇ ਹਾਂ ਤਾਂ ਅਸੀਂ ਆਪਦੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਤੁਰਦੇ ਹਾਂ ਬਾਜਾਂ ਵਾਲੇ ਅੱਗੇ ਅਰਦਾਸ ਕਰੀਦੀ ਆ ਕੇਸ਼ਰੀ ਨਿਸਾਨ ਸਾਹਿਬ ਨੂੰ ਨਤਮਸਤਕ ਹੋ ਕੇ ਤੁਰਦੇ ਹਾਂ ਕਿ ਪਾਸ਼ਾ ਤੂੰ ਸਾਡੇ ਨਾਲ ਆ ਜੇ ਅਸੀਂ ਮਾੜਾ ਕਰ ਰਹੇ ਹਾਂ ਸਾਡੀ ਪਿੱਠ ਲਾ ਦੀ ਜੇ ਅਸੀਂ ਚੰਗਾ ਕਰ ਰਹੇ ਹਾਂ ਤਾਂ ਪਰਮਾਤਮਾ ਆਪ ਅੰਗ ਸੰਗ ਸਹਾਈ ਹੋ ਕੇ ਸਾਨੂੰ ਇੰਨੇ ਜੋਗਾ ਕਰੀ ਕਿ ਅਸੀਂ ਉਸ ਬੰਦੇ ਨੂੰ ਛਡਾ ਕੇ ਉਹਦੇ ਪਰਿਵਾਰ ਨਾਲ ਮਲਾ ਦਈਏ ਤਾਂ ਗੁਰੂ ਸਾਹਿਬ ਨੇ ਅਜੇ ਤੱਕ ਪਿੱਠ ਨਹੀਂ ਲੱਗਣ ਦਿੱਤੀ ਕਿਉਂਕਿ ਆ ਗਲਤ ਤਾਂ ਉਹ ਆ ਨਾ ਜਿੰਨਾਂ ਨੇ ਰੱਖਿਆ ਗਲਤ ਤਾਂ ਉਹ ਹੈਗੇ ਆ ਅਸੀਂ ਗਲਤ ਤਾਂ ਨਹੀਂ ਹੈਗੇ ਤਾਂ ਜੇ ਅਸੀਂ ਗਲਤ ਨਹੀਂ ਆ ਤੇ ਗੁਰੂ ਸਾਹਿਬ ਆਪ ਨਾਲ ਖੜਦੇ ਨੇ ਗੁਰੂ ਸਾਹਿਬ ਆਪ ਕਿਰਪਾ ਕਰਦੇ ਨੇ ਅਖੀਰਲਾ ਸਵਾਲ ਜਦੋਂ ਤੁਸੀਂ ਜਾਣਦੇ ਹੋ ਜਾ ਕੇ ਤੁਸੀਂ ਜਿਹੜਾ ਵੀ ਪੰਜਾਬੀ ਆ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਚਾਹੇ ਪ੍ਰਵਾਸੀ ਆ ਉਸ ਨੂੰ ਜਗ ਦੀ ਰੈਸਕਿਊ ਕਰਦੇ ਹੋ ਤਾਂ ਉਹਨਾਂ ਨੂੰ ਪਰਿਵਾਰ ਨੂੰ ਕਿਤੇ ਨਾ ਕਿਤੇ ਡਰ ਹੁੰਦਾ ਕਿ ਸਾਡੇ ਦੇ ਸਾਡੇ ਖਿਲਾਫ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਹੋ ਸਕਦੀ ਆ ਤਾਂ ਕਦੀ ਫਿਰ ਉਸ ਪਰਿਵਾਰ ਨੇ ਪੈਸੇ ਦੇ ਥਰੂ ਵੀ ਅਪਰੋਚ ਕੀਤੀ ਕਿ ਸਾਡੇ ਕੋਲ ਪੈਸਾ ਲੱਲੋ ਪਰ ਸਾਡੇ ਤੇ ਕਾਨੂੰਨੀ ਕਾਰਵਾਈ ਨਾ ਕਰਵਾਇਓ ਦੇਖੋ ਜੀ ਕਾਨੂੰਨੀ ਕਾਰਵਾਈ ਤਾਂ ਹੁੰਦੀ ਆ ਪਹਿਲਾਂ ਤਾਂ ਸਾਡੀ ਵੀ ਕੋਸ਼ਿਸ਼ ਨਹੀਂ ਹੁੰਦੀ ਕਿਉਂਕਿ ਸਾਨੂੰ ਪਤਾ ਨਹੀਂ ਕਿੰਦਾ ਦਾ ਮਨ ਹੋ ਗਿਆ ਸਾਡਾ ਕਿ ਸਾਨੂੰ ਉਹਨਾਂ ਜ਼ਾਲਿਮਾਂ ਤੇ ਵੀ ਤਰਸ ਆ ਜਾਂਦਾ ਕਾਨੂੰਨੀ ਕਾਰਵਾਈ ਹੁੰਦੀ ਆ ਕਿਉਂਕਿ ਇੱਕ ਮੈਂਟਲੈਟ ਦੇ ਤੱਤ ਵੀ ਕਾਨੂੰਨ ਬਣਿਆ ਇੱਕ ਬੰਦਵਾ ਮਜ਼ਦੂਰੀ ਬੰਦਵਾ ਮਜ਼ਦੂਰੀ ਅਹੀਂ ਜਦੋਂ ਕਹਿੰਨੇ ਆ ਤਾਂ ਲੋਕ ਸਾਨੂੰ ਕਹਿ ਦਿੰਦੇ ਆ ਯਾਰ ਇਹਨੂੰ ਸੰਗਲ ਥੋੜੀ ਮਾਰਿਆ ਪਰ ਬੰਦਵਾ ਮਜ਼ਦੂਰੀ ਜਿਹੜੀ ਹੁੰਦੀ ਨਾ ਉਹ ਸੰਗਲ ਮਾਰੇ ਵਾਲੀ ਨਹੀਂ ਹੁੰਦੀ 1800 ਕੁਝ ਦੇ ਵਿੱਚ ਇੱਕ ਕਾਨੂੰਨ ਆਇਆ ਸੀ ਕਿਉਂਕਿ ਉਹ ਬੰਦਵਾ ਮਜ਼ਦੂਰੀ ਤੱਤ ਬਣਾਇਆ ਗਿਆ ਸੀ ਕਿ ਲੋਕ ਜਿਹੜੇ ਕੁਝ ਪੈਸੇ ਦੇ ਕੇ ਇਨਸਾਨ ਕੋ ਸਾਰੀ ਉਮਰ ਕੰਮ ਕਰਾ ਲੈਂਦੇ ਨੇ ਜਾਂ ਫ੍ਰੀ ਚ ਕੰਮ ਕਰਾਉਣਾ ਉਹਨੂੰ ਬੰਦਵਾ ਮਜ਼ਦੂਰੀ ਕਹੀ ਜਾਂਦੀ ਆ ਸੋ ਪੈਸੇ ਦੀ ਜਿਹੜੀ ਗੱਲ ਹੈ ਉਹ ਸਾਡੇ ਵੱਲੋਂ ਤਾਂ ਨਹੀਂ ਕੀਤੀ ਜਾਂਦੀ ਕਈ ਲੋਕ ਸਾਨੂੰ ਕਹਿੰਦੇ ਨੇ ਕਈ ਵਾਰੀ ਪੰਗਾ ਵੀ ਪੈ ਜਾਂਦਾ ਕਿ ਇਹ ਪੈਸੇ ਮੰਗਦੇ ਅਸੀਂ ਉਹਨਾਂ ਦਾ ਹੱਕ ਮੰਗਦੇ ਆ ਜਾਂ ਤਾਂ ਤੁਸੀਂ ਬਣਦੀ ਮਿਹਨਤ ਦੇ ਦਿਓ ਜਾਂ ਤੁਹਾਡੇ ਤੇ ਕਾਲਾ ਕਾਰਵਾਈ ਕਰਾ ਦਿੰਨੇ ਆ ਉਹ ਵੀ ਕਿਤੇ ਨਾ ਕਿਤੇ ਅਸੀਂ ਇੱਕ ਧਾਰੇ ਚ ਰਹਿ ਕੇ ਗੱਲ ਕਰਦੇ ਆ ਤੇ ਉੱਥੇ ਫਿਰ ਕਈ ਸੱਜਣ ਆ ਜਾਂਦੇ ਨੇ ਵਿੱਚ ਪਿੰਡ ਦੀਆਂ ਪੰਚਾਇਤਾਂ ਆ ਜਾਂਦੀਆਂ ਜਿੱਥੇ ਇਹੀ ਕਿਹਾ ਜਾਂਦਾ ਕਿ ਉਹ ਰੱਖਣ ਵਾਲਾ ਬੰਦਾ ਉਹਦੀ ਵੀ مالی ਹਾਲਤ ਠੀਕ ਨਹੀਂ ਆ ਉਹਦੇ ਕੋਲ ਇੰਨੇ ਦੇ ਨਹੀਂ ਹੋਣੇ ਆ ਨਹੀਂ ਹੋਣਾ ਜੇ ਨਹੀਂ ਹੋਣਾ ਤਾਂ ਕਿਤੇ ਨਾ ਕਿਤੇ ਕੁੱਲ ਮਿਲਾ ਕੇ ਅਸੀਂ ਇੱਕ ਪਰਿਵਾਰਕ ਮਾਹੌਲ ਦੀ ਤਰ੍ਹਾਂ ਹੀ ਉਸ ਫੈਸਲੇ ਨੂੰ ਜਿਹੜਾ ਨਵੇੜ ਦਿੰਨੇ ਆ ਕੁਝ ਲੋਕ ਸੇਵਾ ਦੇ ਦਿੰਦੇ ਨੇ ਕੁਝ ਨਹੀਂ ਵੀ ਦਿੰਦੇ ਕਈਆਂ ਨੂੰ ਫ੍ਰੀ ਵੀ ਛੱਡ ਦਿੱਤਾ ਜਾਂਦਾ ਜਿਹੜੀ ਸੇਵਾ ਦਿੰਦੇ ਉਹ ਸਿੱਧੀ ਪਰਿਵਾਰ ਨੂੰ ਦਵਾ ਦਿੱਤੀ ਜਾਂਦੀ ਆ ਕਈ ਲੋਕ ਜਿਹੜੇ ਇਹ ਸੋਚਦੇ ਨੇ ਕਿ ਸ਼ਾਇਦ ਅਸੀਂ ਪੈਸੇ ਲਈ ਲੱਗੇ ਆ ਜੇ ਅਸੀਂ ਪੈਸਾ ਹੀ ਇਕੱਠਾ ਕਰਨਾ ਹੋਵੇ ਜਿੰਨਾ ਕਿ ਸਾਡੇ ਕੋਲ ਪੈਂਡਿੰਗ ਪਿਆ ਨਾ ਅਸੀਂ ਕਿਸੇ ਵੀ ਬੰਦੇ ਤੋਂ ਆਪਦੀ ਜੇਬ 'ਚ ਪੈਸੇ ਲੈ ਕੇ ਆ ਸਕਦੇ ਹਾਂ ਮੰਨ ਲਓ ਜੇ ਅਸੀਂ ਕਿਸੇ ਨੂੰ 50000 ਦਵਾ ਰਹੇ ਆ ਜੇਹੀਂ ਉਹ ਨਾਂ ਦਵਾਈਏ ਅਸੀਂ 20000 ਆਪਦੀ ਜੇਬ ਚ ਪਾ ਕੇ ਘਰ ਨੂੰ ਆ ਜੀਏ ਉਹਨਾਂ ਦਾ ਫੈਸਲਾ ਕਰਾ ਦਈਏ ਕਿਉਂਕਿ ਜਿਹਨੂੰ ਜਿਹਦਾ ਅਸੀਂ ਬੰਦਾ ਛਡਾਉਣ ਜਾਂਦੇ ਆ ਨਾ ਉਹ ਸਾਡੀ ਹਰ ਗੱਲ ਮੰਨਦੇ ਨੇ ਕਿਉਂਕਿ ਉਹ 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 ਕਿਤੇ ਨਾ ਕਿਤੇ ਇਹ ਸੋਚਦੇ ਨੇ ਕਿ ਸ਼ਾਇਦ ਅਸੀਂ ਉਹਨਾਂ ਤੇ एहसान ਕਰ ਰਹੇ ਆ ਪਰ ਅਸੀਂ एहसान ਨਹੀਂ ਕਰਦੇ ਅਸੀਂ ਆਪਦਾ ਫਰਜ਼ ਨਿਭਾ ਰਹੇ ਆ ਪਰ ਪੈਸੇ ਦੀ ਜੇਕਰ ਅਸੀਂ ਜਿੰਨਾਂ ਵੀ ਪਰਿਵਾਰਾਂ ਦੇ ਕੋਲੋਂ ਪੈਸੇ ਲਏ ਆ ਉਹ ਸਿੱਧੇ ਪਰਿਵਾਰ ਨੂੰ ਦਵਾਏ ਆ ਪਰਿਵਾਰ ਆਪਦੀ ਮਰਜ਼ੀ ਨਾਲ ਸੇਵਾ 'ਚ ਪਾ ਜੇ ਤਾਂ ਉਹ ਉਹਨਾਂ ਦੀ ਅਸੀਂ ਕਦੀ ਪੈਸੇ ਦਿਵਾਉਣ ਵਾਲੇ ਨੂੰ ਇਹ ਵੀ ਨਹੀਂ ਕਿਹਾ ਕਿ ਸਾਨੂੰ ਪੈਸੇ ਦੇ ਬੰਦਾ ਛਡਾਉਣ ਵਾਲੇ ਨੂੰ ਇਹ ਵੀ ਨਹੀਂ ਕਿਹਾ ਪੈਸੇ ਦੇ ਜਿਹੜਾ ਅਸੀਂ ਗੱਡੀਆਂ ਦਾ ਤੇਲ ਫੂਕੇ ਵੀ ਜਾਂਦੇ ਆ ਉਹ ਅਸੀਂ ਆਪਣੀ ਸੰਗਤ ਦਾ ਪੈਸਾ ਫੂਕੇ ਜਾਂਦੇ ਆ ਅਸੀਂ ਉਹਦੇ ਵਿੱਚ ਸਾਡੀ ਕੋਈ ਸ਼ਰਤ ਨਹੀਂ ਹੁੰਦੀ ਜਾਂ ਅਸੀਂ ਸੜਕ ਤੋਂ ਮਰੀਜ਼ ਲਾਉਂਨੇ ਸਾਡੀ ਇਹ ਸ਼ਰਤ ਨਹੀਂ ਹੁੰਦੀ ਕਿ ਸਾਨੂੰ ਪਹਿਲਾਂ ਇੰਨੀ ਸੇਵਾ ਦੋ ਜਾਂ ਸਾਡਾ ਸਾਥ ਦੋ ਕਈ ਬੰਦੇ ਸਾਡੇ ਤੋਂ ਆਉਂਦੇ ਨੇ ਜਿਹੜੇ ਸਾਨੂੰ ਮਰੀਜ਼ ਦੇ ਕੇ ਜਾਂਦੇ ਨੇ ਤੇ ਇੱਥੇ ਕਹਿ ਕੇ ਜਾਂਦੇ ਨੇ ਵੀਡੀਓ ਵੀ ਬਣਾ ਕੇ ਜਾਂਦੇ ਨੇ ਅਸੀਂ ਤੁਹਾਨੂੰ ਹਰ ਵੇਲੇ ਸਾਥ ਦੇਵਾਂਗੇ ਉਹਨਾਂ ਕੋ ਮੁੜ ਕੇ 10 ਰੁਪਏ ਦਾ ਸਾਤਵੰਨੀ ਦਿੱਤਾ ਜਾਂਦਾ ਇਹ ਵੀ ਨਹੀਂ ਪੁੱਛਿਆ ਜਾਂਦਾ ਕਿ ਤੁਸੀਂ ਇਹ ਸੇਵਾ ਕਿਵੇਂ ਚਲਾ ਰਹੇ ਹੋ ਪਰ ਸਾਡੀ ਕੋਈ ਸ਼ਰਤ ਨਹੀਂ ਹੁੰਦੀ ਕਿਉਂਕਿ ਅਸੀਂ ਸੇਵਾ ਗੁਰੂ ਸਾਹਿਬ ਦੀ ਕਿਰਪਾ ਨਾਲ ਨਿਭਾ ਰਹੇ ਹਾਂ ਪ੍ਰਮਾਤਮਾ ਨੇ ਇਹਨਾਂ ਨੂੰ ਰੋਟੀ ਦੇਣੀ ਆ ਇਹ ਆਪਣੇ ਕਰਮ ਆਪਣੇ ਨਾਲ ਲੈ ਕੇ ਆਉਂਦੇ ਨੇ ਸੋ ਇਸੇ ਤਰ੍ਹਾਂ ਹੀ ਇਹ ਸੇਵਾ ਨਿਰੰਤਰਨ ਜਾਰੀ ਆ ਸੰਗਤ ਦਾ ਧੰਨਵਾਦ ਕਰਦੇ ਆ ਕਿ ਸਾਥ ਬਣਾਈ ਰੱਖਿਓ ਜੇਥੇ ਅਸੀਂ ਗਲਤਾਂ ਸਾਨੂੰ ਤੁਸੀਂ ਕਾਲ ਕਰਕੇ ਕਹਿ ਸਕਦੇ ਹੋ ਸਾਨੂੰ ਤੁਸੀਂ ਮਿਲ ਕੇ ਸੁਝਾਅ ਦੇ ਸਕਦੇ ਹੋ ਤੇ ਤੁਹਾਡਾ ਸੁਝਾਅ ਮੰਨਣ ਲਈ ਅਸੀਂ ਤਿਆਰ ਹਾਂ ਜਿਹੜੇ ਅਸੀਂ ਬੰਦਵਾ ਮਜ਼ਦੂਰ ਛਡਾਉਨੇ ਆ ਉਹਦੇ ਲਈ ਵੀ ਸਾਨੂੰ ਸੰਗਤ ਜ਼ਰੂਰ ਸਲਾਹ ਸੁਝਾਅ ਦਵੇ ਕਿ ਅਸੀਂ ਇਸ ਕਾਰਜ ਨੂੰ ਕਿਵੇਂ ਨਿਭਾਈਏ ਅਸੀਂ ਆਪਣੇ ਪੱਧਰ ਤੇ ਤਾਂ ਵੀਰ ਜੀ ਜਿਹੜੇ ਬੰਦੇ ਨੇ ਬੰਦਾ ਰੱਖਿਆ ਹੁੰਦਾ ਉਹਨੂੰ ਕਾਲ ਵੀ ਕਰ ਦਿੰਨੇ ਆ ਪਹਿਲਾਂ ਪਹਿਲਾਂ ਅਸੀਂ ਕਾਲ ਵੀ ਕਰਦੇ ਸੀ ਕਿਸੇ ਦੇ ਘਰੇ ਨਾ ਜਾਈਏ ਉਹਦੀ ਵੀਡੀਓ ਨਾ ਬਣਾਈਏ ਪਰ ਜਦੋਂ ਅਸੀਂ ਕਾਲ ਕਰਦੇ ਆ ਤੁਹਾਡੇ ਕੋਲ ਬੰਦਾ ਬਾਈ ਜੀ ਤੁਸੀਂ ਸਾਨੂੰ ਦੇ ਦਿਓ ਜਾਂ ਸਾਨੂੰ ਮਿਲਾ ਦਿਓ ਉਹ ਕਹਿੰਦੇ ਭਾਜੀ ਕੱਲ ਤੁਹਾਨੂੰ ਦੇ ਦਿਆਂਗੇ ਅਗਲੇ ਦਿਨ ਬੰਦਾ ਲਗਾ ਦਿੰਦੇ ਨੇ ਰਿਸ਼ਤੇਦਾਰੀਆਂ ਦੇ ਵਿੱਚ ਤੇ ਸਾਨੂੰ ਝੂਠ ਮਾਰ ਦਿੱਤਾ ਜਾਂਦਾ ਕਿ ਬੰਦਾ ਭੱਜ ਗਿਆ ਸੋ ਅਸੀਂ ਇਹ ਵੀ ਕਰਕੇ ਦੇਖ ਲਿਆ ਅਸੀਂ ਆਪਣੇ ਵੱਲੋਂ ਹਰ ਕੋਸ਼ਿਸ਼ ਕਰਕੇ ਦੇਖ ਲਈ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਉਹਨਾਂ ਲੋਕਾਂ ਰੱਖਣ ਵਾਲਿਆਂ ਨੂੰ ਜਾਂ ਜਿਹੜੇ ਸੜਕਾਂ ਤੇ ਪਏ ਨੇ ਉਹ ਉਹਨਾਂ ਦੀ ਵੀ ਸਰਕਾਰਾਂ ਨੂੰ ਬੇਨਤੀ ਕਰਕੇ ਦੇਖ ਲਈ ਆ ਅਸੀਂ ਆਪਦੇ ਵੱਲੋਂ ਸੰਪੂਰਨ ਆ ਜੀ ਸੇਵਾ ਦੇ ਕਾਰਜ ਦੇ ਵਿੱਚ ਨਿੱਜੀ ਜ਼ਿੰਦਗੀ 'ਚ ਸਾਡੀਆਂ ਬਹੁਤ ਕਮੀਆਂ ਹੋਣਗੀਆਂ ਸੰਪੂਰਨਤਾ ਕਦੇ ਹੋ ਨਹੀਂ ਸਕਦੇ ਜੀ ਸੋ ਇਹ ਸੰਸ ਸਾਡੇ ਨਾਲ 13 ਆਸਰਾ ਸੁਸਾਇਟੀ ਚਲਾ ਰਹੇ ਹੈਪੀ ਵਰਲਾ ਜੀ ਜਿਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ 2018 ਤੋਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਅਤੇ ਇਹਨਾਂ ਦੁਆਰਾ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਜੋ ਲੋਗ ਮੰਗਬੁੱਧੀ ਲੋਕਾਂ ਨੂੰ ਆਪਣੇ ਘਰ ਦੇ ਵਿੱਚ ਬੰਦੀ ਬਣਾ ਕੇ ਉਹਨਾਂ ਕੋਲੋਂ ਜ਼ਬਰਦਸਤੀ ਕੰਮ ਕਰਵਾਉਂਦੇ ਹਨ ਸੋ ਤੁਸੀਂ ਪੰਜਾਬ న్యూਸ ਨਾਲ ਜੁੜੇ ਹੋਏ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਪ੍ਰਦੀਪ ਅਰੋੜਾ